माता पिता वारे लाल चारे ते वारो वारी उस वारियां दित्तियां ने उसने अपना सब कुछ वार के ते जाना बहुत प्यारियां दित्तियां ने ते तैनू शक्तियां सारियां दित्तियां ने लखां विचों तू कला पहचान सके ककारां नाल सरदारियां दित्तियां ने मेरे दाते ककारां नाल सरदारियां दित्तियां ने किरते मखार बिंदी विचों बोली जी रस पिनी बाणी दे कोई भी सटोरी तुल दी ना तुली जी गुरु की कहानी दे सेना किसे ने कदे नेड़े हो के सी दुखड़े कंगाल के होर की असा तो रखना लको के सी रखे ना पुक पाल के किरते मठार बिंद विचों फुल जी रस पिनी बाणी दे कोई भी सटोरी तुल दी ना तुल जी गुरु की कहानी दे पुछे ना किसे ने कदे नेड़े हो के सी दुखड़े कंगाल के होर की असा तो रखना लको के सी रखे ना पुक पाल के आए सी गरीब हिंदू मूच डैना दे बुरी तरह कुटी दे नारियां समेत मावां धीआं भैणां दे नित सत लुटी दे ओ पापा ने पहाड़ी भेज दिते ढोके सी पापा दे पहाड़ भेज दिते ढोके सी पितर पताल के होर की असा तो रखना लोके सी रखे ना पुत पाल के लेके मत्यान पंजा समरथा दा दरबार दे विचों साजिया पंथ तीजा सिर लथा दा खंडे दी धार दे विचों ओ किते वाली परां धर्म करो केसिया किते वाली पैदा धर्म धरो केसी कैरा निकाल के होर की असा तो रखना लको केसी रखे ना पुत पाल के मौज मेले छड के आनंदपुरी दे सरसा ते विछड़े हार विच फुल दशमेश गुरु दे अड्डो अड निखड़े ओ सारा ही खजाना पानी च डुबो के सी सारा ही खजाना पानी च डुबो के सी तूरे दरिया विच डार के होर की असा तो सहबा होर की असा तो रखना लगो के सी रखे ना पुत पाल के ਕੌਰ
ਗੱਜਿਆ ਅੱਧੀ ਰਾਤ ਤੁਰਦਾ ਪੁੱਤਰ ਦੀ ਲਾਸ਼ ਨੂੰ ਸੀ ਠੇਡਾ ਵੱਜਿਆ ਬਾਜਾਂ ਵਾਲੇ ਗੁਰਦਾ ਛੋਟੇ ਸਰਹੰਦ ਛੋਟੇ ਸਰਹੰਦ ਨੀਹਾਂ ਚ ਖਲੋ ਕੇ ਸੀ ਪੇਸ਼ ਹੋ ਗਏ ਕਾਲ ਕੇ ਉਹ ਪੇਸ਼ ਹੋ ਗਏ ਕਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੱਗੋ ਕੇ ਸੀ ਰੱਖੇ ਨਾ ਉਤ ਪਾਲ ਕੇ ਰਾਜ ਪਾ ਕੇ ਛੱਡ ਕੇ ਫਕੀਰ ਬਣਿਆ ਜੰਗਲਾਂ ਚ ਫਿਰਿਆ ਛਾਨਣੀ ਸਮਾਨ ਭਾਵੇਂ ਤੇ ਨਿਛਣਿਆ ਹੌਸਲਾ ਨਾ ਗਿਰਿਆ ਕੰਡਿਆਂ ਨੇ ਪੈਰ ਰੱਖਤੇ ਪਰੋਵੇ ਸੀ ਛਾਲੇ ਮੰਦੇ ਹਾਲ ਕੇ ਜੀ ਛਾਲੇ ਮੰਦੇ ਹਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੁਕੋਵੇ ਸੀ ਰੱਖੇ ਨਾ ਪੁੱਤ ਪਾਲ ਕੇ ਆਓ ਗਨੀ ਕਾ ਨਬੀ ਕਾ ਕਾਰੀ ਖੁਸ਼ਾਮਦ ਖਵਾਏ ਖਾਣੇ ਸੁੱਚਦੇ ਨਿਕਲ ਕੇ ਵੈਰੀ ਹੱਥੋਂ ਸਹੀ ਸਲਾਮਤ ਬਣ ਕੇ ਪੀਰੀ ਉੱਚਦੇ ਓ ਪੈਦਲ ਤੁਰੇ ਔਰੰਗੇ ਨੂੰ ਵਗੋ ਕੇ ਸੀ ਵੈਰੀਆਂ ਨੂੰ ਟਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੱਗੋ ਕੇ ਸੀ ਰੱਖੇ ਨਾ ਉਹ ਪਾਲ ਕੇ ਜਾ ਕੇ ਰਾਏ ਕੱਲੇ ਪਾਸ ਲੱਗੇ ਪੁੱਟਣਾ ਗੁਰੂ ਜੀ ਬੂਟਾ ਕਾਹੀਦਾ ਸੁਣ ਕੇ ਤੇ ਦਿਲਾਂ ਚੋਂ ਭੁੱਕੇ ਉੱਠਣਾ ਸੁਨੇਹਾ ਨੂਰੇ ਵਾਹੀਦਾ ਕਿਸੇ ਨੂੰ ਵਿਖਾਇਆ ਰੋਕੇ ਸੀ ਦੇ ਕੇ ਚਾਰ ਬਾਲ ਕੇ ਤੂੰ ਦੇ ਕੇ ਚਾਰ ਬਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੁਕੋਵੇ ਸੀ ਰੱਖੇ ਨਾ ਪੁੱਤ ਪਾਲ ਕੇ ਅਖੀਰ ਪੈਰਾਂ ਤੇ ਪਿਆ ਓ ਪੁਰਪਿਆ ਗੁਰਾਂ ਨੇ ਕਰਨਾ ਨੂੰ ਛੋਕੇ ਸੀ ਤੁਰਪਿਆ ਗੁਰਾਂ ਨੇ ਚਰਨਾਂ ਨੂੰ ਛੋਕੇ ਸੀ ਵੈਰੀ ਮਾਰੂ ਭਾਲ ਕੇ ਓ ਵੈਰੀ ਮਾਰੂ ਭਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੱਗੋਗੇ ਸੀ ਰੱਖੇ ਨਾ ਪੁੱਤ ਪਾਲ ਕੇ ਇਤਨੇ ਨਾਸੀਸ ਲੱਗੇ ਆ ਕਿਸੇ ਵਾਲੀ ਪੈਗੰਬਰ ਦੇ ਕਰਨੀ ਦੀ ਦੌੜ ਤੇ ਗੁਰੂ ਜੀ ਅੱਗੇ ਆ ਫਸਟ ਨੰਬਰ ਤੇ ਬਹਿ ਗਏ ਕਰਤਾਰ ਸਿੰਘਾ ਹੱਥ ਧੋ ਕੇ ਸੀ ਅਮਾਨਤ ਸੰਭਾਲ ਕੇ ਅਮਾਨਤ ਸੰਭਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲੱਗੋਗੇ ਸੀ ਰੱਖੇ ਨਾ ਪਾਲ ਕੇ ਇੱਕ ਕਵੀ ਨੇ ਚਾਰ ਲੈਣਾ ਬੜੀਆਂ ਸੁੰਦਰ ਲਿਖੀਆਂ ਉਹ ਲਿਖਦਾ ਭਾਰਤ ਮਾਂ ਦੇ ਅਥਰੂ ਵੇਖ ਡੁੱਲ ਗਏ ਭਰਿਆ ਦਰਦ ਅੰਦਰ ਖੂਨ ਡੋਲਿਆ ਹਿੰਮਤ ਨਾਲ ਅੰਤੋਲਵੇਂ ਜ਼ੁਲਮ ਤਾਈ ਰੱਖ ਕੇ ਤੇਗ ਦੀ ਨੋਕ ਤੇ ਤੋਲਿਆ ਦੁਨੀਆਂ ਵੇਖ ਕੇ ਜਿਹਨੂੰ ਹੈਰਾਨ ਰਹਿ ਗਈ ਰਸਤਾ ਨਵਾਂ ਕੁਰਬਾਨੀ ਦਾ ਖੋਲਿਆ ਤੂੰ ਲੱਖਾਂ ਆਏ ਤੂਫਾਨ ਤੇਰੀ ਜ਼ਿੰਦਗੀ ਚ ਪਰ ਕਲਗੀ ਵਾਲਿਆ ਫਿਰ ਵੀ ਨਾ ਡੋਲਿਆ ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰਦੋਂ ਤੂੰ
ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰ ਤੋਂ ਤੂੰ ਤਿਲਕ ਤੇ ਜਨੇਊ ਦੱਸ ਕਿਸ ਨੇ ਬਚਾਉਣਾ ਸੀ। ਜੇ ਨਾ ਦਸ਼ਮੇਸ਼ ਪਿਤਾ ਸਾਜ ਦੁਲ ਪਿਆਰੇ ਪੰਜ ਕੰਘਾ ਕੜਾ ਗਾਤਰਾ ਕਸ਼ਹਿਰਾ ਕਿਨੇ ਪਾਉਣਾ ਸੀ। ਜੇ ਨਾ ਦਸ਼ਮੇਸ਼ ਪਿਤਾ ਵਾਰ ਤੋਂ ਦੁਲਾਰੇ ਚਾਰੇ ਮਾਛੀ ਵਾੜੇ ਜੰਗਲਾਂ ਚ ਦੱਸ ਕਿਨੇ ਸੋਣਾ ਸੀ। ਆ ਮੰਦਿਰ ਸ਼ਿਵਾਲੇ ਗੁਰੂ ਧਾਮ ਨਾ ਨਜ਼ਰ ਆਉਂਦੇ ਕਦੇ ਨਾ ਕਵੀਸ਼ਰਾ ਸੱਟੇ ਜਾਂ ਉੱਤੇ ਗਾਉਣਾ ਸੀ। ਅਸੀਂ ਤੇ ਸਿਫਤ ਕਰਨੀ ਆ ਸਿੱਖਾਂ ਦੇ ਘਰ ਅਸੀਂ ਜਨਮ ਲਿਆ ਹੈ, ਪਰ ਅਦੋ ਸਾਸਨ ਦੀ ਸ਼ਾਨ ਵਿੱਚ ਵਾਧਾ ਹੋ ਜਾਂਦਾ ਜਦੋਂ ਕੋਈ ਬਗਾਨਾ ਸਿਫਤ ਕਰੇ। ਬੁੱਲਾ ਕਹਿੰਦਾ ਨਾ ਕਹੂੰ ਅਪ ਕੀ ਨਾ ਕਹੂੰ ਤਪ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ। ਆਓ ਸਤਿਕਾਰਯੋਗ ਸਾਸੰਗਤ, ਅਣਖ ਦਾ ਪ੍ਰਤੀਕ ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦੀ ਹਫ਼ਤਾ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜੁਗੋ ਜੋਗਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਮੁੱਚੀ ਕਹਿਨਾਤ ਨੂੰ ਸੱਚ ਦੀ ਰੋਸ਼ਨੀ ਦੇਣ ਵਾਲੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾ ਦੁੱਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ। ਪਾਤਸ਼ਾਹ ਦੀ ਛਤਰ ਛਾਇਆ ਹੇਠ ਤੇ ਨਾਲ ਹੀ ਬ੍ਰਹਮ ਗਿਆਨੀ ਸ਼੍ਰੀ ਮਾਨ ਸੱਸ ਬਾਬਾ ਠਾਕਰ ਸਿੰਘ ਜੀ ਜਿਨ੍ਹਾਂ ਦੀ ਹੁਣੇ ਬੜੀ ਚੜ੍ਹਦੀ ਕਲਾ ਵਾਲੀ ਕਵਿਤਾ ਉਹਨਾਂ ਦੇ ਜੀਵਨ ਵਰਤਾਂਤ ਨੂੰ ਸਮਝ ਕੇ ਸਾਹਮਣੇ ਰੱਖ ਕੇ ਗਿਆਨੀ ਹਰਚਰਨ ਸਿੰਘ ਹੁਣਾਂ ਨੇ ਪੇਸ਼ ਕੀਤੀ ਉਹਨਾਂ ਦੇ ਸਾਥੀਆਂ ਨੇ। ਬੜੀ ਖੁਸ਼ੀ ਹੈ ਜਿਵੇਂ ਦਲ ਬਾਬਾ ਵਿਧੀ ਚੰਦ ਦੇ ਦੋ ਕਿਸ਼ਰ ਜਥੇ ਨੇ, ਜਿਵੇਂ ਸਾਧ ਸੰਗਤ ਹੋਰਨਾਂ ਜਥੇਬੰਦੀਆਂ ਵਿੱਚ ਵੀ ਹੈ, ਪਰ ਇਹ ਵੀ ਚੜ੍ਹਦੀ ਕਲਾ ਦੇ ਨਾਲ ਇਹ ਵੀਰ ਵਿਦਿਆਰਥੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ। ਮੈਂ ਪਿੱਛੇ ਕਹਿ ਰਿਹਾ ਸਾਂ ਵੀ ਅਸੀਂ ਵੀ ਆਪਣੇ ਪਿਤਾ ਤੋਂ ਗਿਆਨੀ ਸਰੂਪ ਸਿੰਘ ਹੁਣਾਂ ਤੋਂ 1999 ਵਿੱਚ ਉਹਨਾਂ ਨੇ ਉਂਗਲੀ ਫੜ ਕੇ ਸਾਨੂੰ ਤੋਰਿਆ ਸੀ। ਬੰਦਾ ਡਿੱਗਦਾ ਉੱਠ ਕੇ ਫਿਰ ਡਿੱਗਦਾ, ਡਿੱਗਦੇ ਢਹਿੰਦਿਆਂ ਤੁਰਨ ਦਾ ਢੰਗ ਆਉਂਦਾ। ਇਹ ਤੇ ਜ਼ਿੰਦਗੀ ਹੈ ਫਾਕੇ ਮਸਤੀਆਂ ਦੀ, ਉਹ ਜਿਹੜਾ ਯਾਰ ਆਉਂਦਾ ਉਹ ਵੀ ਬਦਰੰਗ ਆਉਂਦਾ। ਕਵੀਸ਼ਰਾਂ ਵਿੱਚ ਸਾਡੀ ਉਮਰ ਸਭ ਤੋਂ ਛੋਟੀ ਹੈ, ਪਰ ਐਸ ਗੁਰੂ ਨੇ ਇੰਨੀ ਰਹਿਮਤ ਕੀਤੀ। 5 ਵਾਰ ਕੈਨੇਡਾ, 1 ਵਾਰ ਅਮਰੀਕਾ, ਹੁਣੇ ਹੁਣੇ 5 ਸਤੰਬਰ ਤੋਂ ਇੰਗਲੈਂਡ ਦੀ ਧਰਤੀ ਤੋਂ ਜਥਾ ਆਇਆ। ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਜਾਣ ਦਾ ਵੀ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ। ਹਮ ਰੁਕਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਬੜੀ ਮੈਨੂੰ ਖੁਸ਼ੀ ਹੋਈ ਵੀ ਇਹ ਚੜ੍ਹਦੀ ਕਲਾ ਵਾਲੀ ਦਮਦਮੀ ਟਕਸਾਲ ਜਦੋਂ ਵੀ ਪੰਥ ਤੇ ਭੀੜ ਬਣਦੀ ਹੈ, ਛਾਤੀਆਂ ਵਿੱਚ ਗੋਲੀਆਂ ਖਾਣ ਵਾਲੀ ਉਹ ਐਸੀ ਜਿਹੜੀ ਬਾਬਾ ਦੀਪ ਸਿੰਘ ਤੋਂ ਵਰਸਾਈ ਹੋਈ, ਜਿਨ੍ਹਾਂ ਦੇ ਰਗਾਂ ਵਿੱਚ ਉਹ ਮਹਾਨ ਖੂਨ ਹੈ। ਔਰ ਜਦੋਂ ਵੀ ਸਾਧ ਜੀ ਪੰਥ ਤੇ ਭੀੜ ਬਣਦੀ ਹੈ, ਇਹ ਟਕਸਾਲ ਮੂਹਰੇ ਹੋ ਕੇ ਚੱਲਦੀ ਹੈ। ਅੱਜ ਵੀ ਸ਼੍ਰੀ ਮਾਨ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਨੇ। ਆਓ, ਠੰਡ ਦਾ ਮੌਸਮ ਹੈ, ਅਸੀਂ ਵੀ ਸਾਧ ਸੰਗਤ ਜੀ, ਅੱਜ ਸਾਡੇ 2 ਪ੍ਰੋਗਰਾਮ ਸੀ, ਭਾਵੇਂ ਥਕਾਵਟ ਹੈ, ਪਰ ਫਿਰ ਵੀ ਤੁਹਾਡਾ ਪਿਆਰ ਵੇਖ ਕੇ ਦੂਣੇ ਹੋ ਜਾਈਦਾ ਹੈ। ਔਰ ਕੱਲ੍ਹ ਨੂੰ ਫਿਰ ਨਗਰ ਕੀਰਤਨ ਤੇ ਆਓ, ਬੜੀ ਦੂਰ ਪਹੁੰਚਣਾ ਹੈ ਤੇ ਸਾਧ ਸੰਗਤ ਜੀ ਇਸੇ ਤਰ੍ਹਾਂ, ਕਿਉਂਕਿ ਸ਼ਹੀਦੀ ਹਫ਼ਤੇ ਚੱਲ ਰਹੇ ਨੇ, ਗੁਰੂ ਪਾਤਸ਼ਾਹ ਆਪਣੇ ਕਨੀਸ਼ਰਾਂ ਢਾਡੀਆਂ ਕਥਾ ਵਾਚਕਾਂ ਗੁਰੂ ਕੀਰਤਨੀਆਂ ਤੋਂ ਸਮਾਵਾਂ ਰਹਿ ਰਿਹਾ ਹੈ। ਆਓ, ਦਰਸ਼ਨ ਸਦਾਰਿਆਂ ਦੀ ਖੁਸ਼ੀ ਵਿੱਚ ਫਤਿਹ ਬੁਲਾ ਦਿਓ, ਗੂੰਜਾਂ ਪਾ ਦਿਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਦਮਦਮੀ ਟਕਸਾਲ ਦੇ ਬੜੀ ਚੜ੍ਹਦੀ ਕਲਾ ਵਾਲੇ ਬੁਲਾਰੇ, ਬੜੇ ਤਕੜੇ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਜੀ, ਜਿਹੜੇ ਹੁਣੇ ਹੁਣੇ ਹਾਂਗਕਾਂਗ ਦੀ ਧਰਤੀ ਤੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਕੇ ਆਏ ਹੈ। ਉਹਨਾਂ ਵੱਲੋਂ ਵੱਡਾ ਸਨਮਾਨ ਜਥੇ ਨੂੰ ਕੀਤਾ ਗਿਆ, ਮਹਾਰਾਜ ਨਗਰੇ ਰਹਿਮ ਕਰਨ। ਸਾਡੇ ਪਿਆਰੇ ਮਿੱਤਰ ਚੜ੍ਹਦੀ ਕਲਾ ਵਾਲੇ ਦਮਦਮੀ ਟਕਸਾਲ ਦੇ ਵਿਦਿਆਰਥੀ ਨਾਲੇ ਪੰਜਾਂ ਪਿਆਰਿਆਂ ਵਿੱਚ ਸਵਾਵਾਂ ਨਿਭਾਉਂਦੇ ਨੇ, ਸਤਿਕਾਰਯੋਗ ਗਿਆਨੀ ਹਰਚਰਨ ਸਿੰਘ ਹੋਣੀ, ਉਹਨਾਂ ਵੱਲੋਂ ਵੀ ਵੱਡਾ ਸਨਮਾਨ ਆਇਆ। ਤੇ ਮੈਂ ਪਿੱਛੇ ਬੈਠਾ ਸਾਂ, ਦੋ ਸਿੰਘ ਮੈਨੂੰ ਕਹਿੰਦੇ ਭਗਵਾਨ ਸਿੰਘ, ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ ਨਾ, ਤੁਹਾਨੂੰ ਦੋਵਾਂ ਕਵਿਤਾ ਦੀ ਅਸੀਂ ਮੰਗ ਕੀਤੀ ਸੀ, ਉਹ ਦੋਵੇਂ ਰਹਿ ਗਈਆਂ। ਮੈਂ ਕਿਹਾ ਕਿਹੜੀਆਂ? ਸਾਹਿਬ ਅਜੀਤ ਸਿੰਘ ਦੀ ਬਹਾਦਰੀ। ਮੈਂ ਕਿਹਾ ਅੱਜ ਨਾਲੇ ਉਹ ਦਿਨ ਹੈ ਤੇ ਅੱਜ ਉਹ ਪੇਸ਼ ਕਰ ਦਿੰਦੇ ਆ, ਕਹਿੰਦੇ ਫਿਰ ਤੇ ਸੋਨੇ ਤੇ ਸੁਹਾਗਾ ਹੋ ਜਾਏ। ਆਓ ਮੈਂ ਗੱਲ ਕਰਾਂ ਸਾਧ ਸੰਗਤ ਜੀ ਚਮਕੌਰ ਦੀ ਗੜੀ। ਚਮਕੌਰ ਦੀ ਗੜੀ ਵਿੱਚ ਏਡਾ ਵੱਡਾ ਸਾਧ ਸੰਗਤ ਜੀ, ਉਹ ਜੰਗ ਹੈ, ਇੱਕ ਪਾਸੇ 10 ਲੱਖ ਦਾ ਘੇਰਾ ਤੇ 22 ਦਸੰਬਰ ਦਾ ਦਿਨ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਛੋਟਾ ਹੈ। ਪਰ ਵਿਦਵਾਨ ਲਿਖਦੇ ਨੇ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੜਾਈ ਚਮਕੌਰ ਸਾਹਿਬ ਦੀ ਹੋਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈਆਂ ਯੁੱਗਾਂ ਦੀ ਚਰਚਾ ਛੱਡਦੀ ਹੈ ਵੀ ਫਲਾਣੇ ਯੁੱਗ ਵਿੱਚ ਆਹ ਕੁਝ ਹੋਇਆ, ਆਹ ਕੁਝ ਹੋਇਆ। ਉਹ ਸਿੱਖੋ, ਆਪਾਂ ਕਿੰਨੇ ਭਾਗਾਂ ਵਾਲੇ ਹਾਂ। ਉਸ ਚਮਕੌਰ ਸਾਹਿਬ ਦੀ ਗੜੀ ਨੇ
लड़ाई महाभारत का युद्ध कुरुक्षेत्र का मैदान जिन्हों संसार योग साध सिंह जी कहते हैं वह लड़ाई पता कि वह लड़ाई सी जर जोरू जमीन बदली कैरो ते पांडो चाचे तायां दे सुपुत्र लड़ाई कितों शुरू हुई द्रौपदी ने आख्या वे तुसी अन्ने दी औलाद ते भरी सभा विच उहनूं बेबत करना चाहिया पर साध संगत आपां पढ़दे हां गुरु की पवित्र बाणी हर जुग जुग भगत तो पाया पैज रखदा आया राम राजे हर नाकश दुष्ट हर मारिया प्रहलाद राया ਉਹ ਜੁਗੋ ਜੁਗ ਸਾਧ ਸਿੰਘ ਜੀ ਪੈਜ ਰੱਖਦਾ ਆਇਆ ਤੇ ਨਾਲ ਹੀ ਕਹਿੰਦੇ ਜੀ ਕੈਰੋ ਪਾਂਡੋ ਬੜੇ ਧਰਮੀ ਸੀ ਸਾਧ ਸਿੰਘ ਜੀ ਜਵਾਰੀਏ ਕਦੀ ਧਰਮੀ ਹੋ ਸਕਦੇ ਜਿਨ੍ਹਾਂ ਨੇ ਜੂਏ ਵਿੱਚ ਆਪਣੀ ਇਸਤਰੀ ਹਰਾ ਦਿੱਤੀ ਆ ਭੈਣਾਂ ਬੈਠੀਆਂ ਨੇ ਸਤਿਕਾਰਯੋਗ ਭੈਣੋ ਗੁਰੂ ਨਾਨਕ ਦੇ ਘਰ ਨੂੰ ਭੁੱਲਿਆ ਨਾ ਕਰੋ ਸਵੇਰੇ ਉੱਠ ਕੇ ਜਿੰਨਾ ਸ਼ਤਾਨਾ ਹੁੰਦਾ ਓਨਾ ਥੋੜ੍ਹਾ ਗੁਰੂ ਨਾਨਕ ਸਾਹਿਬ ਨੇ ਇੰਨਾ ਮਾਣ ਦਿੱਤਾ ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾਨ ਤੇ ਨਾਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹੋਰ ਰਹਿਮਤਾਂ ਨਾਲ ਤੁਹਾਡੀ ਝੋਲੀ ਭਰਤੀ ਜਦੋਂ ਵੇਰ ਕੇ ਆਏ ਨੇ ਮਾਈਆਂ ਰੱਬ ਰਜ਼ਾਈਆਂ ਇੰਨੀਆਂ ਬਖਸ਼ਾਂ ਗੁਰੂ ਨਾਨਕ ਦੇ ਘਰ ਨੇ ਕੀਤੀਆਂ ਤੇ ਉਹਨਾਂ ਨੇ ਆਪਣੀ ਨਾਰ ਹੀ ਜੂਏ ਵਿੱਚ ਹਰਾ ਦਿੱਤੀ ਸਾਧ ਸੰਗਤ ਏਡੀ ਵੱਡੀ ਲੜਾਈ ਜਿਹਨੂੰ ਕਹਿੰਦੇ ਨਾ ਮਹਾਭਾਰਤ ਦਾ ਕੁਰਕਸ਼ੇਤਰ ਦਾ ਜੰਗ ਸਭ ਤੋਂ ਵੱਡਾ ਹੈ ਉਹਦੇ ਵਿੱਚ ਸਾਧ ਸੰਗਤ ਜੀ 18 ਖੂਨੀਆਂ ਗਰਕ ਹੋਈਆਂ 18 ਖੂਨੀਆਂ ਜੇ ਇੱਕ ਖੂਨੀ ਦਾ ਕੈਲਕੂਲੇਟਰ ਕੀਤਾ ਜਾਏ ਤੇ ਕਹਿੰਦੇ ਨੇ 5,45,000 ਤੋਂ ਵੱਧ ਬੰਦਾ ਇੱਕ ਖੂਨੀ ਵਿੱਚ ਬਣਦਾ ਜੀ ਤੇ ਟੋਟਲ ਸਾਧ ਸੰਗਤ ਜੀ 98,78,647 ਬੰਦੇ ਮਹਾਭਾਰਤ ਦੇ ਜੰਗ ਵਿੱਚ ਮਾਰੇ ਗਏ ਸਨ ਫਿਰ ਸੁਣ ਲਿਓ 98,78,647 ਮਹਾਭਾਰਤ ਦੇ ਉਸ ਜੰਗ ਵਿੱਚ ਮਾਰੇ ਗਏ ਸਨ 11 ਬੰਦੇ ਬਚੇ ਸਨ 11 ਕਿਹੜੇ ਕੇਵਲ ਕ੍ਰਿਸ਼ਨ ਜੀ ਤੇ 10 ਹੋਰ ਕਹਿੰਦੇ ਜੀ ਕ੍ਰਿਸ਼ਨ ਜੀ ਨੇ ਜਿਹੜੀ ਗੀਤਾ ਲਿਖੀ ਹੈ ਨਾ ਉਹਦੇ ਵਿੱਚ ਅਰਜਨ ਨੂੰ ਬੜਾ ਗਿਆਨ ਦਿੱਤਾ ਤੇ ਨਾਲੇ ਘੱਟ ਗਿਣਤੀਆਂ ਦੀ ਮਦਦ ਕੀਤੀ ਨਹੀਂ ਸਾਧ ਸੰਗਤ ਭਾਈਏ ਦੀ ਮਦਦ ਤੇ ਕਰਨੀ ਪੈਣੀ ਸੀ ਕਿਉਂਕਿ ਅਸੀਂ ਕਿਸੇ ਦੇ ਖਿਲਾਫ਼ ਨਹੀਂ ਪਰ ਇਤਿਹਾਸ ਕਹਿੰਦਾ ਹੈ ਕਿ ਕ੍ਰਿਸ਼ਨ ਦੀ ਭੈਣ ਸੁਭਦਰਾ ਅਰਜਨ ਵੱਲੇ ਵਿਆਹੀ ਹੋਈ ਸੀ ਤੇ ਘੱਟ ਗਿਣਤੀਆਂ ਦੀ ਮਦਦ ਕਰਨੀ ਪੈਣੀ ਸੀ ਇਸ ਕਰਕੇ ਉਹਦੇ ਵਿੱਚ ਇਹ ਵੀ ਗੱਲ ਲਿਖੀ ਹੈ ਐ ਅਰਜਨ ਜੇ ਮੈਂ ਤੇਰੇ ਰਾਹ ਤੇ ਤ੍ਰਿਲੋਕੀ ਦਾ ਭਾਰ ਨਾ ਪਾਇਆ ਹੁੰਦਾ ਕਰਨ ਤੀਰ ਮਾਰ ਮਾਰ ਕੇ ਪਤਾ ਨਹੀਂ ਤੇਰਾ ਰੱਥ ਕਿੱਧਰ ਡਾ ਦਿੰਦਾ ਖੈਰ ਸਾਧ ਸੰਗਤ ਉਹ ਉਹਨਾਂ ਦਾ ਇਤਿਹਾਸ ਹੈ ਹਰ ਇਤਿਹਾਸ ਦਾ ਫਲਸਫਾ ਵੱਖਰਾ ਹੈ ਪਰ ਜਿੱਥੇ ਚਮਕੌਰ ਦੀ ਗੜੀ ਦੀ ਜੰਗ ਦੀ ਗੱਲ ਆਉਂਦੀ ਹੈ ਸਾਧ ਸੰਗਤ ਜੀ ਉਸ ਚਮਕੌਰ ਦੇ ਜਰੇ ਜਰੇ ਵਿੱਚੋਂ ਅਣਖ ਦੀ ਗੈਰਤ ਦੀ ਮਹਿਕ ਆਉਂਦੀ ਹੈ ਆਹ 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਕਿਉਂਕਿ ਸਰਸਾ ਦੇ ਕੰਢੇ ਤੇ ਪਰਿਵਾਰ ਵਿਛੋੜਾ ਪੈ ਗਿਆ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦਇਆ ਸਿੰਘ ਜੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੰਦਾ ਦਇਆ ਸਿੰਘ ਜੀ ਕਹਿਣ ਲੱਗੇ ਪਾਤਸ਼ਾਹ ਇੱਕ ਬੰਨੇ ਬਿਜਲੀ ਕੜਕ ਰਹੀ ਹੈ ਕਣੀਆਂ ਪੈ ਰਹੀਆਂ ਔਰ ਪੋਹਦੀਆਂ ਕਤਰੀਲੀਆਂ ਰਾਤਾਂ ਨੇ ਔਰ ਸਰਸਾ ਇੰਨੇ ਅਸਦਾਈ ਲੱਗ ਰਹੀ ਹੈ ਜਿਹੜਾ ਦੁਸ਼ਮਣ ਕਰਾਨ ਥਾਲੀ ਵਿੱਚ ਰੱਖ ਕੇ ਜਿਹੜਾ ਦੁਸ਼ਮਣ ਆਟੇ ਦੀਆਂ ਗਊਆਂ ਬਣਾ ਕੇ ਸੋਹਾਂ ਖਾਂਦਾ ਸੀ ਉਹਨਾਂ ਨੇ ਹਮਲਾ ਕਰ ਦਿੱਤਾ ਹਜ਼ੂਰ ਨੇ ਆਖਿਆ ਦਇਆ ਸਿੰਘਾ ਅਸੀਂ ਤੇ ਅੱਗੇ ਕਿਹਾ ਸੀ ਵੀ ਇਹਨਾਂ ਦਾ ਇਮਾਨ ਤੇ ਪਾਣੀ ਨਾਲੋਂ ਵੀ ਪਤਲਾ ਏ ਦੁਸ਼ਮਣ ਬਾਤ ਕਰੇ ਅਣਹੋਈ ਸਾਧ ਸੰਗਤ ਅੱਜ ਸਾਡੇ ਕੋਲ ਕਰੋੜਾਂ ਦੀਆਂ ਕੋਠੀਆਂ ਮਹਿੰਗੀਆਂ ਗੱਡੀਆਂ ਮਾਫ ਕਰਨਾ ਸੀ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਜੇ ਗੁਰੂ ਔਖੀ ਵੇਲੇ ਸਾਧ ਸੰਗਤ ਨਿਤਨੇਮ ਦੀਆਂ ਬਾਣੀਆਂ ਆਸਾ ਦੀ ਵਾਰ ਦਾ ਕੀਰਤਨ ਛੱਡ ਦਿੰਦਾ ਤਾਂ ਸਿੱਖਾਂ ਤੇਰਾ ਇਤਿਹਾਸ ਬਦਲ ਜਾਣਾ ਸੀ ਮਹਾਰਾਜ ਨੇ ਇੱਕ ਗੱਲ ਦਇਆ ਸਿੰਘ ਨੂੰ ਆਖਿਆ ਦਇਆ ਸਿੰਘ ਦੁਸ਼ਮਣ ਸਿੱਖਾਂ ਨੂੰ ਮਾਰਦਾ ਏ ਸਿੱਖ ਸ਼ਹੀਦ ਹੁੰਦਾ ਏ ਤੇ ਹੋਰ ਪੈਦਾ ਹੋ ਜਾਏਗਾ ਪਰ ਦਇਆ ਸਿੰਘਾ ਜੇ ਅੱਜ 6 ਪੋਹ ਦੀ ਰਾਤ ਨੂੰ ਨਿਤਨੇਮ ਨਾ ਹੋਇਆ ਤੇ ਸਿੱਖੀ ਖਤਮ ਹੋ ਜਾਏਗੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਰਕਤਾਂ ਸਾਰੀਆਂ ਨਿਤਨੇਮ ਦੀਆਂ ਨੇ ਆਓ ਏਡਾ ਵੱਡਾ ਘੇਰਾ ਚਮਕੌਰ ਦੀ ਸਰਸਾ ਤੋਂ ਲੈ ਕੇ ਤੇ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਤੋਂ ਲੈ ਕੇ ਚਮਕੌਰ ਇਹ ਮੇਘ ਵਰਨ ਛੰਦ ਹੈ ਜਿਵੇਂ ਸਾਉਣ ਮਹੀਨੇ ਵਿੱਚ ਮੀਂਹ ਵਰੀਆਂ ਕਰ ਕਰਕੇ ਆਉਂਦਾ ਨਾ ਕਿੱਡਾ ਵੱਡਾ ਦੁਸ਼ਮਣ ਨੇ ਘੇਰਾ ਪਾਇਆ ਇੱਕ ਬੰਨੇ ਗੁਰੂ ਕੇ ਸਿੰਘ ਕਿਹੜੀ ਰਣਨੀਤੀ ਤੈਅ ਕਰ ਰਹੇ ਨੇ ਤੁਹਾਡਾ ਆਪਣਾ ਕ੍ਰਿਸ਼ਨੀ ਜਥਾ ਕਿਉਂਕਿ ਦਮਦਮੀ ਟਕਸਾਲ ਗਰੀਬ ਨਿਵਾਜ ਹੈ ਬੜਾ ਕ੍ਰਿਸ਼ਨਾ ਢਾਡੀਆਂ ਨੂੰ ਨਿਵਾਜਦੀ ਹੈ ਤੇ ਮੈਨੂੰ ਮਾਣ ਹੈ ਜਿੱਦਣ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 37 ਜਲੂਸ ਕੱਢੇ ਸੀ ਨਾ ਵਕਤ ਦੀ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਲਾ ਦਿੱਤੀ ਸੀ ਬਾਕੀ ਸਟੇਟਾਂ ਕਬੂਤਰ ਦੀ ਤਰ੍ਹਾਂ ਅੱਖੀਆਂ ਮਿਟ ਗਈਆਂ ਸਨ ਉੱਠਿਆ ਸੀ ਉਹ ਭੂਰੇ ਕੋਨੇ ਤੋਂ ਮਹਾਨ ਮਰਦ ਦਮਦਮੀ ਟਕਸਾਲ ਦੇ ਮੁਖੀ ਉਸ ਵਕਤ ਤੇ
ਤੇ ਕੋਈ ਵੀ ਢਾਡੀ ਕਮਿਸ਼ਨ ਕੇਸੋ ਸਿੰਘ ਬਣ ਜਾਣ ਕੇ ਨਹੀਂ ਸੀ ਤੁਰਿਆ, ਪਰ ਉੱਠੇ ਸਨ ਗਿਆਨੀ ਸਰੂਪ ਸਿੰਘ ਸੂਰਮਿੰਡ ਤੇ ਗਿਆਨੀ ਜਗੀਰ ਸਿੰਘ ਮਸਤ, ਜਿਨ੍ਹਾਂ ਨੇ ਸੰਤਾਂ ਦਾ ਦਿੱਲੀ ਤੱਕ ਜਾ ਕੇ ਏਡਾ ਵੱਡਾ ਸਾਥ ਦਿੱਤਾ ਔਰ ਏਡੇ ਵੱਡੇ ਮਾਣ ਮਹਾਂਪੁਰਖਾਂ ਨੇ ਬਖਸ਼ੇ। ਗਿਆਨੀ ਸਰੂਪ ਸਿੰਘ ਸੂਰਮਿੰਡ ਦਾ ਬੇਟਾ ਭਗਵੰਤ ਭਗਵਾਨ ਸਿੰਘ ਸੂਰਮਿੰਡ, ਗਿਆਨੀ ਬਲਜੀਤ ਸਿੰਘ ਬਗੀਚਾ ਸੁਰ ਸਿੰਘ, ਇਤਿਹਾਸਕ ਨਗਰ ਸ਼੍ਰੀ ਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਤੇ ਗਿਆਨੀ ਗੁਰਚੇਤ ਸਿੰਘ ਦੁਬਲੀ ਹੈ, ਇਉਂ ਬਿਆਨ ਕਰਦੇ ਨੇ ਆਪਣੀਆਂ ਸੁਰਤੀਆਂ ਤੇ ਬਿਰਤੀਆਂ, ਲੈ ਚਲੋ ਚਮਕੌਰ ਦੀ ਗਲੀ ਵਿੱਚ ਜਥਾ। ਇਉਂ ਬਿਆਨ ਜਾਲਮਾ ਜੁਲਮ ਕਮਾਇਆ, ਅਨੰਦਪੁਰ ਦਾ ਕਿਲਾ ਛਡਾਇਆ, ਸਰਸਾ ਤੇ ਜੰਗ ਮਚਾਇਆ, ਘੇਰਾ ਚਮਕੌਰ ਨੂੰ ਪਾਇਆ, ਅੰਦਰ ਗੁਰੂ ਜੀ ਪੈ ਗਿਆ ਕੇ ਬਾਹਰ ਭਾਰੀ ਦਾਲੀ ਉਤਰੇ ਉਹ ਘੇਰਾ ਪਾ ਲਿਆ ਹਵੇਲੀ ਸਾਹਿਬ ਜਾ ਕੇ ਬਾਹਰ ਭਾਰੀ ਤੋਪਾਂ ਦੇ ਗੋਲੇ ਕੜਕਦੇ ਠੰਡੇ ਕਿਰਪਾਨਾ ਖੜਕਦੇ ਧਨਸ਼ਾਨ ਚਮਾਨ ਮੜਕਦੇ ਜਾਲਮਾ ਦਲਸੀ ਪਾਰੇ ਐਲੀ ਦੇ ਲਾਵਣ ਨਾਰੇ, ਜੋਸ਼ ਵਿੱਚ ਆ ਗਏ ਸਾਰੇ ਅੰਦਰੋਂ ਸਿੰਘ ਛੱਡਣ ਜਕਾਰੇ, ਗੁਰੂ ਆਖਦੇ ਸਿੰਘਾਂ ਨੂੰ ਸਮਝਾ ਕੇ ਹੋ ਬਾਹਰ ਭਾਰੀ ਦਾਲੀ ਉਤਰੇ ਦਾਲੀ ਉਤਰੇ ਹੋ ਘੇਰਾ ਪਾ ਲਿਆ ਹਵੇਲੀ ਸਾਹਿਬ ਜਾ ਕੇ ਹੋ ਬਾਹਰ ਭਾਰੀ ਆਪ ਸੇ ਬਲੀ ਕਹਾਏ ਲੜਦੀਆਂ ਬਾਗਾਂ ਅੱਗੇ ਭੇਡਾਂ ਕੱਢਦੀਆਂ, ਵੀਰਾਂ ਅੱਗੇ ਕੈਣ ਵੇਰਦੇ ਸ਼ੇਰਾਂ ਨੂੰ ਮਿਰਗ ਘੇਰਦੇ, ਰੋਗੀ ਜਾਵੇਗਾ ਮੱਲਾਂ ਨੂੰ ਕੈਸੇ ਢਾ ਕੇ ਹੋ ਬਾਹਰ ਭਾਰੀ ਦਾਲੀ ਉਤਰੇ ਦਾਲੀ ਉਤਰੇ ਹੋ ਘੇਰਾ ਪਾ ਲਿਆ ਹਵੇਲੀ ਸਾਹਿਬ ਜਾ ਕੇ ਹੋ ਬਾਹਰ ਭਾਰੀ ਜਾਲਮ ਬੱਕਰੇ ਵੱਡ ਵੱਡ ਕੇ ਕੀਤੇ ਡੱਕਰੇ, ਮਾਰੇ ਗਏ ਲੱਖਾਂ ਦੀ ਆ ਗਏ ਕਈ ਸਿੰਘ ਸ਼ਹੀਦੀ, ਸੂਰੇ ਸੁੱਟ ਗਏ ਪੂਰਾ ਦੇ ਪੂਰ ਲਾ ਕੇ ਹੋ ਬਾਹਰ ਭਾਰੀ ਦਾਲੀ ਉਤਰੇ ਦਾਲੀ ਉਤਰੇ ਹੋ ਘੇਰਾ ਪਾ ਲਿਆ ਹਵੇਲੀ ਸਾਹਿਬ ਜਾ ਕੇ ਹੋ ਬਾਹਰ ਭਾਰੀ ਛਾਲ ਮਾਰ ਕੇ ਨਿੰਦਰੇ ਕੋਈ ਕੋਈ ਜਦੋਂ ਵਿੱਚ ਮੈਦਾਨ ਦੇ ਜੰਗ ਹੋ, ਦਿਆਨਦਾਰ ਦੀ ਪ੍ਰੀਖਿਆ ਤਦ ਹੁੰਦੀ ਗੋਡੇ ਗੋਡੇ ਜਾਂ ਭੁੱਖ ਤੇ ਨੰਗ ਹੋ, ਅਦੋਂ ਆਪਣਾ ਆਪ ਬਚਾਏ ਕੋਈ ਕੋਈ ਜਦੋਂ ਘੇਰਿਆ ਵਿੱਚ ਕਸੰਗ ਹੋਵੇ, ਵਿਰਲੀ ਨਾਰ ਪਤੀ ਦੀ ਕਰੇ ਸੇਵਾ ਜਦੋਂ ਚੁੱਲ੍ਹੇ ਚ ਭੁੱਜਦੀ ਭੰਗ ਹੋਵੇ, ਉੱਥੇ ਵਿਰਲਾ ਕੋ ਕਵਿਤਾ ਨੂੰ ਸਿਰੇ ਚਾੜਿਓ ਜਿੱਥੇ ਕਵਿਤਾ ਦਾ ਕਾਫੀਆ ਤੰਗ ਹੋ। ਸਤਿਕਾਰਯੋਗ ਸਤਸੰਗ, ਇਹ ਸੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਤੇ ਸਰਸਾ ਤੋਂ ਲੈ ਕੇ ਚਮਕੌਰ ਸਾਹਿਬ ਦਾ ਏਡਾ ਵੱਡਾ ਘੇਰਾ। ਵਿਦਵਾਨ ਲਿਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਮਾਰ ਮਾਰ ਕੇ ਧਰਤੀ ਨੂੰ ਢੋ ਰਹੇ ਨੇ। ਦਇਆ ਸਿੰਘ ਸਹਿਣ ਲੱਗਾ ਪਾਤਸ਼ਾਹ ਪੰਜਾਂ ਪਿਆਰਿਆਂ ਦਾ ਸਰਮੌਰ ਜਥੇਦਾਰ, ਕਹਿੰਦੇ ਪਾਤਸ਼ਾਹ ਜੀ ਇਹ ਧਰਤੀ ਤੁਹਾਨੂੰ ਬੜੀ ਪਿਆਰੀ ਲੱਗੀ? ਹਜ਼ੂਰ ਕਹਿਣ ਲੱਗੇ ਦਇਆ ਸਿੰਘ ਜੀ
ਨਨਕਾਣਾ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਆਗਮਨ ਹੋਇਆ। ਪਟਨਾ ਸਾਹਿਬ ਦੀ ਧਰਤੀ ਤੇ ਸਿੱਖੀ ਨੇ ਭੰਗੂੜੇ ਜੋਗੇ, ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖੀ ਨੇ ਜੰਗੀ ਟੇਨਗਾ ਲਈ। ਇਹ ਚਮਕੌਰ ਸੈਂਟਰ ਹੈ, ਚਮਕੌਰ ਯੂਨੀਵਰਸਿਟੀ ਹੈ, ਇੱਥੇ ਮਰਦਾਂ ਦੇ ਪੁੱਤਾਂ ਦੀ ਪਰਖ ਹੋਏਗੀ। ਜਿਹੜੀ ਗੱਲ ਗੁਰੂ ਨੇ ਆਖੀ ਸਿੱਖਾ ਮਨ ਵਿੱਚ ਵਸਾ ਲਈ। ਹਜ਼ੂਰ ਨੇ ਆਖਿਆ ਦਇਆ ਸਿੰਘ ਜੀ, ਅੱਜ ਸੱਤ ਪੋਹ ਹੈ, ਕੱਲ ਅੱਠ ਪੋਹ ਦਾ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਾਂ ਤੇ ਗੁਰੂ ਨਾਨਕ ਦੀ ਸਿੱਖੀ ਸਿੱਖਾ ਵਾਦ ਤੇ ਖਤਮ ਹੋ ਜਾਏਗੀ ਤੇ ਜਾਂ ਸਦਾ ਵਾਦ ਤੇ ਅਮਰ ਹੋ ਜਾਏਗੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਨੇ ਜਕਾਰੇ ਛੱਡ ਕੇ ਆਖਿਆ, ਪਾਤਸ਼ਾਹ ਪੁਰਜਾ ਪੁਰਜਾ ਹੋ ਜਾਵਾਂਗੇ, ਪੁਰਖਾਂ ਦੇ ਇਤਿਹਾਸ ਨੂੰ ਦਰਾ ਕੇ ਜੋ ਤੁਹਾਡੇ ਹੁਕਮ ਵਿੱਚ ਸਾਰਾ ਕੁਝ ਹੋਣਾ ਹੈ। ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ, ਇਹਦੇ ਵਿੱਚ 10 ਲੱਖ ਦਾ ਘੇਰਾ ਹੈ ਤੇ ਸਭ ਤੋਂ ਵੱਡਾ ਸਾਧ ਸੰਗਤ ਵਜੀਦ ਖਾਨ ਸੂਬਾ ਸਰਹੰਦ, ਜਿਹਦੇ ਕੋਲ 464 ਪਿੰਡ ਨੇ, ਔਰ ਸਭ ਤੋਂ ਖੂੰਖਾਰ ਜਿਹੜੇ ਆਪਣੇ ਆਪ ਨੂੰ ਅਰਜਨ ਦਾ ਸਾਨੀ ਸਮਝਦੇ ਨੇ, ਉਹ ਹੈ ਮਲੇਰਕੋਟਲੀਏ ਪਠਾਨ ਸ਼ੇਰ ਮੁਹੰਮਦ, ਨਾਰ ਖਾਂ, ਗਨੀ ਖਾਂ, ਖਵਾਜਾ ਮਹਿਮੂਦ ਅਲੀ, ਤੇ ਜਿਹੜਾ ਸਭ ਤੋਂ ਵੱਡਾ ਪਾਠ ਅਦਾ ਕੀਤਾ ਭੀਮ ਚੰਦ ਦਾ ਮੁੰਡਾ ਹੈ ਅਜਮੇਰ ਚੰਦ। ਸਾਧ ਸੰਗਤ ਇਹ ਗੱਲ ਬਿਲਕੁਲ ਸੱਚ ਹੈ, ਜੇ ਕਿਤੇ 22 ਧਾਰ ਦੇ ਪਹਾੜੀ ਰਾਜਾ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲੇ ਚ ਦਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰ, ਵੱਡੇ ਵੱਡੇ ਦਲਾਂ ਨੂੰ ਭਾਂਜ ਦੇਣ ਵਾਲੇ ਮੀਰੀ ਅਤੇ ਪੀਰੀ ਦੇ ਮਾਲਕ, ਜੇ ਇਹਨਾਂ ਦੇ ਪੁਰਖਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾ ਕੇ ਨਾ ਲਿਆਉਂਦੇ ਇਹਨਾਂ ਦਾ ਵੀ ਨਾਸ ਹੋ ਜਾਣਾ। ਜੇ ਵੱਡਾ ਉਪਕਾਰ ਫਿਰ ਕੀਤਾ ਮਹਾਰਾਜ ਆਪਣੇ ਪਿਤਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੋਦ ਦਾ ਨਿੱਘ ਕੇਵਲ 4 ਸਾਲ ਹੀ ਮਾਣਿਆ, ਆਪਣੀਆਂ ਖੁਸ਼ੀਆਂ ਇਹਨਾਂ ਪੱਥਰ ਦਿਲ ਬੰਦਿਆਂ ਵਾਸਤੇ ਕੁਰਬਾਨ ਕਰ ਦਿੱਤੀਆਂ, ਤੇ ਸਾਧ ਸੰਗਤ ਜੀ ਇਹਨਾਂ ਨੇ ਵਿਸ਼ਵਾਸਘਾਤ ਕੀਤਾ, ਨਿਮਕ ਹਰਾਮ ਨਿਕਲੇ, ਭਗਾਣੀ ਦੇ ਜੰਗ ਵਿੱਚ ਵਰਸ਼ੀਆਂ ਫੜ ਕੇ ਗੁਰੂ ਦੇ ਦਾਨੇ ਦੁਸ਼ਮਣ ਬਣ ਗਏ। ਜੇ ਕਿਤੇ 22 ਧਾਰ ਦੀਆਂ ਪਹਾੜੀ ਰਿਆਸਤਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦੇ ਦਿੰਦੀਆਂ, ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਕਿਰਤਕਾਂ ਨੇ ਏਡਾ ਵੱਡਾ ਵਿਸ਼ਵਾਸਘਾਤ ਕੀਤਾ, ਅੱਜ ਵੀ ਸਿੱਖੀ ਨਾਲ ਪੈਰ ਪੈਰ ਤੇ ਵਿਸ਼ਵਾਸਘਾਤ ਹੁੰਦਾ ਹੈ, ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ। ਖੈਰ ਆਓ ਸਤਸੰਗ, ਘੜੀ ਸਾਡੇ ਨਾਲ ਤੇਜ਼ ਚੱਲ ਰਹੀ ਹੈ, ਕੋਈ ਧੁੰਦ ਦਾ ਵੀ ਮੌਸਮ ਹੈ, ਮੈਂ ਛੇਤੀ ਛੇਤੀ ਸਤਸੰਗ ਜੀ ਇਸ ਪ੍ਰਸੰਗ ਨੂੰ ਸਿਰੇ ਚਾੜਾਂ। ਹੁਣ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਪਣੀ ਰਣਨੀਤੀ ਤੈਅ ਕਰ ਰਹੇ ਨੇ ਤੇ ਕਹਿੰਦੇ ਨੇ ਮਹਾਰਾਜ ਟਹਿਲਦੇ ਆ ਗਏ ਨੇ ਦਰਵਾਜ਼ੇ ਅੱਗੇ, ਸਰਦਾਰ ਮਦਨ ਸਿੰਘ ਹੋਣੀ ਪਹਿਰੇ ਦੇ ਰਹੇ ਨੇ। ਮਹਾਰਾਜ ਕਹਿਣ ਲੱਗੇ, ਪੁੱਤਰ ਤੁਸੀਂ ਅੱਜ ਆਰਾਮ ਕਰੋ ਤੇ ਮੈਂ ਪਹਿਰਾ ਦੇਵਾਂਗਾ। ਵੇਖੋ ਸਾਧ ਸੰਗਤ, ਹੈ ਕੋਈ ਐਸਾ ਗੁਰੂ? ਆਪੇ ਗੁਰੂ ਤੇ ਆਪੇ ਚੇਲਾ, ਇਹ ਬਖਸ਼ਣ ਗੁਰੂ ਪਾਤਸ਼ਾਹ ਦੇ ਵਿੱਚ ਨੇ। ਖੈਰ ਇੱਧਰ ਦੁਸ਼ਮਣਾਂ ਨੇ 10 ਲੱਖ ਫੌਜ ਨੇ ਅੱਜ ਜਿਹੜੇ ਸਾਡੇ ਵਿੱਚੋਂ ਪ੍ਰਚਾਰ ਕਿਆ ਨਾ, ਸਾਧ ਸੰਗਤ ਜੀ ਕਾਸ਼ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਜੰਮ ਪੈਂਦੇ, ਸਿੱਖਾਂ ਤੋਂ ਪਹਿਲਾਂ ਆਪਣੀ ਮਰਿਆਦਾ ਸਾਨੂੰ ਦੱਸ ਦਿੰਦੇ, ਜਿਹੜੇ ਕਹਿੰਦੇ ਸਰੋਵਰਾਂ ਦੀ ਕੋਈ ਮਹਾਨਤਾ ਨਹੀਂ, ਜਿਹੜੇ ਕਹਿੰਦੇ 10 ਲੱਖ ਤੇ ਸਾਰੇ ਹਿੰਦੁਸਤਾਨ ਦੀ ਗਿਣਤੀ ਨਹੀਂ, ਇਹਨਾਂ ਦੇ ਮਨ ਵਿੱਚ ਵੀ ਹਿੰਦੁਸਤਾਨ ਛੋਟਾ ਜਿਹਾ ਸੀ। ਨਹੀਂ ਸਾਧ ਸੰਗਤ, ਉਦੋਂ ਕਾਬਲ ਕੰਧਾਰ ਕੇ ਸਾਰਾ ਮਹਾਜ ਪਾਕਿਸਤਾਨ ਵੀ ਨਹੀਂ ਸੀ ਬਣਿਆ, ਇਹ ਬਾਅਦ ਵਿੱਚ ਸੂਬਿਆਂ ਦੀ ਵੰਡ ਹੋਈ। ਸ਼੍ਰੀ ਲੰਕਾ ਤੱਕ ਸਾਧ ਸੰਗਤ ਜੀ ਇੰਨੀਆਂ ਵੱਡੀਆਂ ਫੌਜਾਂ, ਇਹ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਦੇ ਉੱਤੇ 10 ਲੱਖ ਫੌਜ ਨੇ ਘੇਰਾ ਪਾ ਲਿਆ ਤੇ ਇਹਨਾਂ ਨੇ ਮੰਗਾ ਲਈ ਹੈ 1500 ਪੌੜੀ। ਹੁਣ ਪੌੜੀ ਤੇ ਮੰਗਾ ਲਈ ਹੈ ਪਰ ਪੌੜੀ ਤੇ ਚੜੇ ਕਿਹੜਾ, ਮੌਤ ਨੂੰ ਮਾਸੀ ਆਖੇ ਕਿਹੜਾ, ਔਰ ਸ਼ੇਰ ਦੀਆਂ ਦਾੜਾਂ ਵਿੱਚ ਹੱਥ ਕਿਹੜਾ ਦੇਵੇ, ਔਰ ਸਾਧ ਜੀ ਪਾਲਦੇ ਹੋਏ ਭਾਂਬੜ ਵਿੱਚ ਛਾਲ ਕੌਣ ਮਾਰੇ, ਵਾਸਾਂ ਦੇ ਬਾਗ ਵਿੱਚ ਸੌਵੇਂ ਕਿਹੜਾ। ਹੁਣ ਇੰਨੇ ਚਿਰ ਨੂੰ ਵਜੀਦ ਖਾਨ ਸੂਬਾ ਸਰਹੰਦ ਕਹਿੰਦਾ, ਨਾਰ ਖਾਂ ਚੜੋ ਪੌੜੀ ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਵੱਢ ਕੇ ਲਿਆਓ। ਸਾਧ ਸੰਗਤ ਉਸ ਵਕਤ ਸਾਰੇ ਘਬਰਾ ਗਏ ਨੇ ਤੇ ਨਾਰ ਖਾਂ ਦਾ ਪਤਾ ਕੀ ਜਵਾਬ ਸੀ, ਕਹਿੰਦਾ ਨਾਰ ਖਾਂ ਕਹਿੰਦਾ ਵੀ ਐ ਵਜੀਦ ਖਾਨ ਕੀ ਧਰਤੀ ਤੇ ਤੁਰੇ ਫਿਰਦੇ ਚੰਗੇ ਨਹੀਂ ਲੱਗਦੇ, ਗੁਰੂ ਮਹਾਰਾਜ ਦਾ ਮੁਕਾਬਲਾ ਕਰ ਲੈਣਾ ਖਾਲਾ ਜੀ ਦਾ ਵਾੜਾ ਨਹੀਂ। ਜਦੋਂ ਖੂੰਖਾਰ ਜਰਨੈਲ ਨੇ ਨਾ ਵੀ ਜਵਾਬ ਦਿੱਤਾ, ਵਜੀਦ ਖਾਨ ਸੂਬਾ ਸਰਹੰਦ ਅੰਦਰੋਂ ਟੁੱਟ ਚੁੱਕਾ ਹੈ, ਔਰ ਪਰ ਆਪਣੀ ਕਮਜ਼ੋਰੀ ਉਹ ਦੂਜਿਆਂ ਕੋਲ ਯਾਰ ਨਹੀਂ ਹੋਣ ਦੇਣੀ ਚਾਹੁੰਦਾ। ਆਖਰ ਉਹਨੇ ਇੱਕ ਗੱਲ ਵੱਖੀਓ ਕੱਢ ਮਾਰੀ, ਕਹਿੰਦਾ ਓਏ ਤੁਹਾਡਾ ਭਲਾ ਹੋਵੇ,
ਅਹੁਦੇ ਤੇ ਜਗੀਰਾਂ ਔਰ ਇਹ ਤਨਖਾਹਾਂ ਲੋ ਔਰੰਗਜ਼ੇਬ ਦੇ ਕੋਲੋਂ ਤੇ ਹੁਣ ਜਾਪਦਾ ਮੈਦਾਨੇ ਜੰਗ ਵਿੱਚ ਮੈਨੂੰ ਜਾਣਾ ਪਊਗਾ। ਇਉਂ ਲੱਗਦਾ ਮੈਂ ਹਿਜੜਿਆਂ ਦੀ ਫੌਜ ਭਰਤੀ ਕਰ ਲਈ। ਮਨੁੱਖ ਨੂੰ ਜੋ ਮਰਜ਼ੀ ਆਖ ਲਓ, ਜਦੋਂ ਉਹਦੇ ਮਰਦਾਊ ਪੁਣੇ ਨੂੰ ਚਾਰਜ ਕਰੋਗੇ ਉਸੇ ਵੇਲੇ ਗੁੱਸਾ ਖਾ ਕੇ ਨਾ ਖਾਨ ਚੜਿਆ ਸਾਧ ਸਿੰਘ ਦੀ ਪੌੜੀ ਤੇ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਇਹ ਪਠਾਨ ਬੱਚੇ ਆਰਿਆ ਗੁਰੂ ਨਾਨਕ ਦੇ ਘਰ ਦਾ ਵਾਰ ਚੜਾ ਕੇ ਤੰਦੀ ਦੀ ਤੀਰ ਹਜ਼ੂਰ ਨੇ ਸੂਕਦਾ ਹੋਇਆ ਸਪੋਲੀਆ ਛੱਡਿਆ ਛਾਤੀ ਵਿੱਚ ਤੀਰ ਵੱਜਾ ਐ ਡਿੱਗਾ ਜਿਵੇਂ ਹਵਾ ਨਾ ਕਰਨਾ ਡਿੱਗਾ। ਜਿਸ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਵਿੱਚੋਂ ਕਰਾਮਾਤਾਂ ਜਨਮ ਲੈਂਦੀਆਂ। ਇਹ ਲੱਗਾ ਮਾੜਾ ਜਿਹਾ ਸਾਧ ਸਿੰਘ ਜੀ ਵੇਖ ਕੇ ਪਾਸੇ ਨੂੰ ਮਹਾਰਾਜ ਨੇ ਚੜਾ ਕੇ ਤੰਦੀ ਤੇ ਤੀਰ ਕਰਕੇ ਅਕਾਲ ਪੁਰਖ ਦੀ ਅਰਾਧਨਾ ਦੁਕਾਲ ਪਰਨਾਸੀ ਯਾਰ ਸਰੂਪੇ ਸਦਾ ਅੰਗ ਸੰਗੇ ਅਪੰਗ ਬਪੂਤੇ ਐਸਾ ਤੀਰ ਛੱਡਿਆ। ਇਹ ਵੀ ਸਾਧ ਸਿੰਘ ਜੀ ਪੌੜੀ ਤੋਂ ਐ ਡਿੱਗਾ ਜਿਵੇਂ ਪੱਕਾ ਹੋਇਆ ਅੰਬ ਦਰਖਤ ਥੱਲੇ ਡਿੱਗ ਪੈਂਦਾ ਹੈ। ਹੁਣ ਇਹਨਾਂ ਦਾ ਭਰਾ ਹੈ ਖਵਾਜਾ ਮਹਿਮੂਦ ਅਲੀ। ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਮਰਦੂਦ ਆਖਿਆ, ਕਹਿਰ ਆਖਿਆ, ਬੁੱਧਲ ਆਖਿਆ ਕਿ ਜਿਹੜਾ ਸਾਡਾ ਮੁਕਾਬਲਾ ਨਹੀਂ ਕਰ ਸਕਿਆ। ਜਦੋਂ ਸਾਧ ਸੰਗਤ ਗਨੀ ਖਾਂ ਵੀ ਮਾਰਿਆ ਗਿਆ ਔਰ ਭਰਾ ਇੱਕ ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲਾ ਉਹ ਵੀ ਮਰਨਾਊ ਪਿਆ, ਇਹ ਸਿਰ ਪੈਰਾਂ ਤੇ ਰੱਖ ਕੇ ਉਹਨੇ ਆ ਮਨਾ ਜਾਨਾ ਬਚਾ ਲਓ ਅੱਜ ਨਹੀਂ ਗੁਰੂ ਛੱਡਦਾ, ਉਹ ਵੀ ਪਾਗਲ ਦੰਗ ਹੋ ਗਿਆ। ਪਾਪੀ ਅਜਮੇਰ ਚੰਦ ਭੀਮ ਚੰਦ ਦਾ ਮੁੰਡਾ ਜਿਹੜਾ ਸਾਧ ਸੰਗਤ ਜੀ ਸਾਰਾ ਉਸ ਵਕਤ ਜਿਹਦਾ ਪੁਆੜਾ ਜਿਹਦੀ ਚੁਗਲੀ ਹੈ ਜਿਹਨੇ ਸਾਧ ਸੰਗਤ ਜੀ ਇਹ ਘੇਰਾ ਏਡਾ ਵੱਡਾ ਪਵਾਇਆ। ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮਾਰੋ ਇਸ ਪਾਪੀ ਦੇ ਮੱਥੇ ਵਿੱਚ ਤੀਰ ਤੇ ਇਹਨੂੰ ਵੀ ਜਹਨਮ ਨੂੰ ਘੱਲੋ। ਹਜ਼ੂਰ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘ ਜੀ ਜੇ ਅੱਜ ਇਸ ਪਾਪੀ ਨੂੰ ਅਸੀਂ ਮਾਰ ਦਿੱਤਾ ਇਹਦੀ ਬਹਾਦਰੀ ਦਾ ਨਾਮ ਹੋਏਗਾ, ਇਹਨੂੰ ਖਾਲਸਾ ਧੂ ਧੂ ਕੇ ਮਾਰੇਗਾ। ਮਹਾਰਾਜ ਦਾ ਇਸ਼ਾਰਾ ਬੰਦਾ ਸਿੰਘ ਬਹਾਦਰ ਵੱਲੇ ਸੀ, ਖੈਰ ਅਗਲੇ ਆਉਣ ਵਾਲੇ ਸਮੇਂ ਵੱਲੇ ਸੀ। ਹੁਣ ਇੰਨੇ ਚਿਰ ਨੂੰ ਜਦੋਂ ਬਾਈਆਂ ਬਾਈ ਧਾਰੀਆਂ ਦੀ ਫੌਜ ਔਰ ਮਾਗਲੀਆਂ ਧਾੜਾਂ ਇਹ ਵੀ ਸਿਰ ਪੈਰਾਂ ਤੇ ਰੱਖ ਕੇ ਭੱਜ ਗਈਆਂ ਤੇ ਵਜੀਦ ਖਾਨ ਸੂਬਾ ਸਰਹੰਦ ਨੇ ਆਵਾਜ਼ ਦਿੱਤੀ, ਐ ਗੋਬਿੰਦ ਸਿੰਘ ਸਾਡਾ ਜ਼ੋਰ ਨਹੀਂ ਪੈਂਦਾ, ਤੇਰੇ ਗੜੀ ਉੱਤੋਂ ਆਵਾਜ਼ ਤੇਰੇ ਗੜੀ ਉੱਤੋਂ ਤੀਰ ਆ ਰਹੇ ਨੇ, ਸਵਾਬ ਤਾਂ ਆਇਆ ਬੂਹਾ ਖੋਲ ਕੇ ਲੜੀਏ ਪਿੜ ਬਣਾ ਕੇ ਜਿੱਤ ਹਾਰ ਦਾ ਫੈਸਲਾ ਹੋ ਜਾਏਗਾ। ਇਹ ਆਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹੁੰਚਣ ਤੋਂ ਪਹਿਲਾਂ ਪੰਜਾਂ ਪਿਆਰਿਆਂ ਵਿੱਚੋਂ ਤੀਸਰਾ ਪਿਆਰਾ ਸਾਹਿਬ ਹਿੰਮਤ ਸਿੰਘ ਜਿਹੜੇ ਸਾਧ ਜੀ ਪਹਿਰਾ ਦੇ ਰਹੇ ਆ ਉਹ ਜੁਝਾਰੂ ਸੂਰਮਾ ਕਹਿੰਦਾ, ਮਹਾਰਾਜ ਇਹ ਆਵਾਜ਼ ਮੇਰੇ ਕੰਨਾਂ ਤੋਂ ਪਹਿਲਾਂ ਆਈ ਹੈ ਤੇ ਬੂਹੇ ਅੱਗੇ ਰਾਖੀ ਮੈਂ ਕਰ ਰਿਹਾ ਸਾਂ। ਸੱਚੇ ਪਾਤਸ਼ਾਹ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਤੁਸੀਂ ਕਿਹਾ ਸੀ ਜਦੋਂ ਦੁਸ਼ਮਣ ਤੁਹਾਡੀ ਅਣਖ ਨੂੰ ਗੈਰਤ ਨੂੰ ਲਲਕਾਰੇ ਭਿੜਦਾ ਜਵਾਬ ਪੱਥਰ ਨਾਲ ਦੇਣਾ ਹੈ, ਤੇ ਮਹਾਰਾਜ ਭਾਵੇਂ ਆਪਾਂ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਨਹੀਂ ਪਰ ਚਮਕੌਰ ਦੀ ਗੜੀ ਤੇ ਪੰਥ ਦਾ ਘਰ ਹੈ, ਇਸ ਕਰਕੇ ਮੈਨੂੰ ਮੈਦਾਨੇ ਜੰਗ ਜਾਣ ਦੀ ਆਗਿਆ ਦਿਓ। ਪੰਜ ਸਿੰਘ ਸਾਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਿੰਘ ਨੂੰ ਦਿੱਤੇ ਔਰ ਇੰਨਾ ਸੂਰਮਾ ਲੜਿਆ ਚਕਾਰੇ ਛੱਡਦਾ ਵੈਰੀ ਨੂੰ ਕਈ ਕੋਤ ਕੇਲ ਕੇ ਲੈ ਗਿਆ, ਜੋਧਾ ਡਿੱਗਿਆ ਘੋੜਿਓਂ ਡਲ ਪੈ ਗਿਆ ਭਾਰਾ। ਵੇਖ ਕੇ ਦਸਵੇਂ ਪਾਤਸ਼ਾਹ ਛੱਡਿਆ ਜੰਕਾਰਾ, ਕਿਹੜਾ ਜੰਕਾਰਾ, ਸਤਿ ਸ੍ਰੀ ਅਕਾਲ ਗੁਰਵਰਿਆ ਅਕਾਲ, ਜ਼ਮੀਨ ਅਸਮਾਨ ਗੂੰਜ ਉੱਠੇ, ਇੱਕ ਬੰਨੇ ਯਾਰ ਅਲੀ ਇੱਕ ਬੰਨੇ ਸਤਿ ਸ੍ਰੀ ਅਕਾਲ ਦੇ ਜੰਕਾਰੇ ਗੂੰਜ ਰਹੇ ਨੇ। ਹੁਣ ਸਾਧ ਸੰਗਤ ਜੀ ਸ਼ੇਰ ਸਿੰਘ ਮਹਾਰਾਜ ਨੇ ਫੇਰ ਭੇਜੇ ਨੇ, ਸ਼ੇਰ ਸਿੰਘ ਮਹਾਰਾਜ ਨੇ ਫੇਰ ਭੇਜੇ ਨੇ 12 ਤੇ 5 17 10 ਲੱਖ ਦੀ ਫੌਜ ਵਿੱਚੋਂ ਕਿੰਨੇ ਮਰ ਜਾਣ, ਉੱਥੇ ਘਾਟਾ ਨਹੀਂ ਸੀ ਪੈਣਾ। ਪਰ ਸਾਧ ਸਿੰਘ ਜੀ ਹੌਲੀ ਹੌਲੀ ਗੜੀ ਵਿੱਚ ਜਿੱਥੇ 17 ਸਿੰਘ ਸ਼ਹੀਦ ਹੋ ਗਏ ਤਾਂ ਪੰਥ ਨੂੰ ਬੜਾ ਵੱਡਾ ਘਾਟਾ ਪੈ ਰਿਹਾ ਸੀ ਸਿੰਘਾਂ ਦੀ ਗਿਣਤੀ ਦਾ। ਹੁਣ ਵਜੀਦ ਖਾਨ ਸੂਬਾ ਸਰਹੰਦ ਨੇ ਇੱਕ ਹੋਰ ਗੱਲ ਕੀਤੀ, ਐ ਗੋਬਿੰਦ ਸਿੰਘ ਬਗਾਨੇ ਪੁੱਤਰ ਮਰਦੇ ਵੇਖ ਕੇ ਜਕਾਰੇ ਛੱਡਦਾ ਹੈ, ਹਾ ਜਿਹੜਾ ਸੱਜੇ ਤੇ ਖੱਬੇ ਇਹਨਾਂ ਚ ਇੱਕ ਨੂੰ ਕੱਲ ਫਿਰ ਤੇਰੇ ਵੱਡੇ ਦਿਲ ਦਾ ਪਤਾ ਲੱਗ ਜਾਏਗਾ ਤੇਰੇ ਜਿਗਰੇ ਦਾ। ਹੁਣ ਸਾਧ ਸੰਗਤ ਸਾਹਿਬ ਅਜੀਤ ਸਿੰਘ ਜੀ ਦੀ ਉਮਰ ਵਿਦਵਾਨਾਂ ਨੇ 17 ਸਾਲ 10 ਮਹੀਨੇ 13 ਦਿਨ ਲਿਖੀ ਹੈ, ਸਾਹਮਣੇ ਆ ਗਿਆ ਹੈ ਆਪਣੇ ਪਿਤਾ ਦੇ ਚੱਪਾ ਉੱਚਾ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲੋਂ। ਕਹਿੰਦਾ ਮਹਾਰਾਜ
ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦੇ। ਮੈਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਤਿਹਾਸ ਨੂੰ, ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਦਸਤਾਰ ਨੂੰ, ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਦਸਤਾਰ ਨੂੰ ਉਜਲਾ ਕਰਕੇ ਜਾਵਾਂਗਾ। ਉਹ ਸਿੱਖਾਂ ਮਨ ਵਿੱਚ ਝਾਤੀ ਮਾਰ, ਅੱਜ ਸਾਡਾ ਬੱਚਾ ਜਦੋਂ ਪਲੱਸ ਟੂ ਜਾਂ ਬੀ ਏ ਕਰ ਜਾਂਦਾ ਹੈ, ਕਹਿੰਦਾ ਬਾਪੂ ਨੌਕਰੀਆਂ ਤੇ ਮਿਲਦੀਆਂ ਸਿਫਾਰਸ਼ਾਂ ਤੇ ਪੈਸਿਆਂ ਦੇ ਨਾਲ ਮੈਂ ਆਪਣਾ ਭਵਿੱਖ ਬਣਾਉਣਾ, ਵਿਦੇਸ਼ਾਂ ਵਿੱਚ ਜਾਣਾ ਹੈ। ਤੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ, ਪਰ ਗੁਰੂ ਪਾਤਸ਼ਾਹ ਨੇ ਆਪਣਾ ਲਾਡਲਾ ਸਾਡੇ ਭਵਿੱਖ ਨੂੰ ਉਜਲਾ ਕਰਨ ਵਾਸਤੇ ਮਹਾਰਾਜ ਤੋਰ ਲੱਗੇ ਨੇ। ਪਰ ਸਾਹਿਬ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜਾਣ ਦੀ ਕਿਵੇਂ ਆਗਿਆ ਮੰਗਦਾ ਹੈ? ਇੱਥੇ ਸਿੰਘ ਦਮਦਮੀ ਟਕਸਾਲ ਦੇ ਚੜ੍ਹਦੀ ਕਲਾ ਵਾਲੇ ਬਾਣੀ ਪੜ੍ਹਨ ਵਾਲੀਆਂ ਰੂਹਾਂ ਸਿੰਘ ਮੈਨੂੰ ਕਹਿ ਰਹੇ ਸੀ, ਭਗਵਾਨ ਤੁਹਾਡੀ ਕਵਿਤਾ ਅਸੀਂ ਨੈੱਟ ਤੇ ਸੁਣਦੇ ਹਾਂ ਪਰ ਅੱਜ ਲਾਈਵ ਅਸੀਂ ਸੁਣਨੀ ਹੈ। ਮੈਂ ਕਿਹਾ ਜੀ ਸੱਤ ਵਜਣ ਸਾਹਿਬ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਕਿਵੇਂ ਮੰਗਦਾ? ਪੁੱਤਾਂ ਵਾਲਿਓ ਹਿਰਦੇ ਤੇ ਹੱਥ ਰੱਖ ਕੇ ਸੁਣਿਓ, ਸਰਵਣ ਕਰੋ ਜੀ। ਇਹ ਕਵੀਸ਼ਰੀ ਕਲਾ ਦਾ ਝੋਕ ਛੰਦ ਹੈ, ਝੋਕ ਇਹ ਯਾਦ ਕਰਨੀ ਵੀ ਔਖੀ ਹੈ, ਇਹ ਪੇਸ਼ ਕਰਨੀ ਵੀ ਔਖੀ ਹੈ, ਪਰ ਗੁਰੂ ਪਾਤਸ਼ਾਹ ਆਪੇ ਸਾਧ ਸਿੰਘ ਜੀ ਚੜ੍ਹਦੀ ਕਲਾ ਦੇ ਨਾਲ ਸੌਵਾ ਲੈ ਲੈਂਦੇ ਨੇ। ਸਰਵਣ ਕਰੋ, ਸਾਹਿਬ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਹੈ। ਰੁੱਤਾਂ ਕੋਲੋਂ ਸ਼ਕਲਾਂ ਸਿੱਖੀਆਂ ਤੇ ਨਹੀਂ ਇੱਕ ਜਗ੍ਹਾ ਖਲੋਣਾ। ਓ ਸ਼ਾਹ ਹੁਸਨਦਾਰ ਤੁਰ ਗਿਆ ਜੂਸ ਦੇ ਬਜ਼ਾਰੀ, ਉਹੀ ਜਗਦਾ ਚੰਦਰਮਾ ਕੰਮ ਕਰੇ ਜੋ ਸੋਨਾ। ਜੀ ਵਿਗਿਆਨੀ ਅਜੀਤ ਸਿੰਘ ਯਾਦ ਕਰਕੇ ਬਾਬੇ ਦੀਆਂ ਪਰਨਾਂ ਨੂੰ ਡੁੱਬਦੀ ਜਨਹਿੰਦ ਬਚਾਲੀ, ਚੌਹਾਂ ਹੀ ਵਰਨਾਂ ਨੂੰ ਸ਼ੇਰ ਨੂੰ ਝੜੇ ਹੌਸਲਾ, ਵੇਖ ਜੋ ਹਰਨਾਂ ਨੂੰ ਸਤਿਗੁਰੂ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ, ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ, ਚਾਹੁੰਦਾ ਚਿਤ ਮੇਰਾ ਪਿਤਾ ਜੀ ਨਾਲ ਜੋਸ਼ ਦੇ ਬੋਲਦਾ ਪੀਰ ਜੀ, ਫੌਜਾਂ ਨੂੰ ਵੇਖ ਵੇਖ ਕੇ ਹਰ ਹਰ ਸਰੀਰ ਜੀ, ਆਲੂ ਤਰਬੂਜ ਤੋਰੀਆਂ ਐਸੇ ਤੋਂ ਚੀਰ ਜੀ, ਗਾਜਰ ਜੋ ਮੂਲੀ ਪੇਠਾ ਚਾਕੂ ਤਰਾਸ ਤੇ, ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ, ਚਾਹੁੰਦਾ ਚਿਤ ਮੇਰਾ ਪਿਤਾ ਜੀ। ਛੇਤੀ ਪੁੱਤਰ ਨੂੰ ਥਾਪੀ ਲਗਾ ਕੇ ਦੇ, ਆਪ ਦੇ ਹੱਥਾਂ ਵਾਲੀ ਖੜਗ ਪਕੜਾ ਕੇ ਦੇ, ਸ਼ਕਤੀ ਨੂੰ ਬਖਸ਼ੋ ਸਹਿਬਾ ਸੀਸ ਟਕਾ ਕੇ ਦੇ, ਜੂੰਦਾਰੇ ਆਣ ਮਿਲਾਂਗਾ, ਜੂੰਦਾਰੇ ਆਣ ਮਿਲਾਂਗਾ ਸੋਚ ਦੇ ਕਾਸ ਤੇ, ਚਾਹੁੰਦਾ ਚਿਤ ਜੰਗ ਕਰਨ ਨੂੰ ਕਿਰਪਾ ਕਰੋ ਦਾਸ ਤੇ, ਚਾਹੁੰਦਾ ਚਿਤ ਮੇਰਾ ਪਿਤਾ।
ਬਾਬੇ ਦੀ ਪੱਗ ਨੂੰ ਪਿਤਾ ਦੀ ਦਾਤ ਨਾਲ ਲਾਉਂਗਾ, ਬਾਬੂ ਦੀ ਪੱਗ ਨੂੰ ਪਿਤਾ ਦੀ ਢਾਡੀਆਂ ਦੇ ਪਤਾਮਾ ਕਵੀਸ਼ਰਾਂ ਦੇ ਪ੍ਰੇਰਨਾ ਸਰੋਤ ਬਾਬੂ ਸੋਹਣ ਸਿੰਘ ਸੀਤਲ ਨੇ ਇੱਥੇ ਚਾਰ ਲੈਣਾ ਬੜੀਆਂ ਕਮਾਲ ਦੀਆਂ ਲਿਖੀਆਂ। ਉਹ ਲਿਖਦੇ ਛਾਤੀ ਘੁੱਟ ਕੇ ਪੁੱਤ ਨੂੰ ਕਹਿਣ ਗੁਰਜੀ, ਉਹ ਮੇਰੇ ਹੀਰਿਆ ਲਾਲ ਅਜੀਤ ਸਿੰਘ, ਵਾਲ ਵਾਲ ਹੈ ਮੇਰਾ ਨਿਹਾਲ ਹੋਇਆ, ਸੁਣ ਕੇ ਤੇਰੇ ਖਿਆਲ ਅਜੀਤ ਸਿੰਘ, ਦਿਲ ਦੀ ਪੁੱਛੇ ਤੇ ਕੀਤਾ ਜਵਾਨ ਤੈਨੂੰ, ਇਸੇ ਵਾਸਤੇ ਪਾਲ ਅਜੀਤ ਸਿੰਘ, ਖੇਡਣ ਬਾਹਰ ਤੇਜ ਦੀ ਟੁੱਟੜ ਖੁੰਡੀ, ਸਿਰੀਆਂ ਇਉਂ ਉਸ਼ਾਰ ਅਜੀਤ ਸਿੰਘ, ਤੀਰਾਂ ਨਾਲ ਛਾਤੀ ਲੀਰੋ ਲੀਰ ਹੋਵੇ, ਮਾਰੇ ਅਗਾਹੀ ਛਾਲ ਅਜੀਤ ਸਿੰਘਾ, ਬੀਤੇ ਆਪਣੇ ਵੱਡ ਵਡੇਰਿਆਂ ਦੀ ਮਰਦਾਂ ਵਾਂਗ ਲਜਪਾਲ ਅਜੀਤ ਸਿੰਘਾ, ਸੀਤਲ ਰਹੇ ਜਹਾਨ ਤੇ ਨਾਮ ਤੇਰਾ, ਐਸੀ ਘਾਲਣਾ ਘਾਲ ਅਜੀਤ ਸਿੰਘ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਹਿਬੇ ਕਮਾਲ ਦਾਤੇ ਨੇ ਆਪਣੇ ਪੁੱਤਰ ਦੇ ਛਾਤੀ ਤੇ ਆਪ ਤਵੀਆਂ ਬੀੜੀਆਂ, ਔਰ ਸਤਸੰਗ ਜੀ ਸਦਾ ਦੀ ਸਾਥਣ ਢਾਲ ਬਖਸ਼ੀ, ਨੇਜਾ ਬਖਸ਼ਿਆ, ਤਲਵਾਰ ਬਖਸ਼ੀ, ਅੱਠ ਸਿੰਘ ਮਹਾਰਾਜ ਨੇ ਆਪਣੇ ਮਹਾਨ ਪੁੱਤਰ ਨੂੰ ਬਖਸ਼ੇ ਤੇ ਮੈਦਾਨੇ ਜੰਗ ਵਿੱਚ ਸਤਸੰਗ ਉਹ ਸੂਰਮਾ ਇਤਰਾ ਗਿਆ ਜਿਵੇਂ ਮਿਰਗਾਂ ਦੀਆਂ ਡਾਰਾਂ ਉੱਤੇ ਸ਼ੇਰ ਆ ਪੈਂਦਾ ਹੈ, ਔਰ ਬਾਜ ਸਤਸੰਗ ਜੀ ਜਿਤਨਾ ਵਾਰ ਆ ਕੇ ਕਰਦੇ ਨੇ, ਉਹ ਮਹਾਨ ਮਰਦ ਇੰਨਾ ਲੜਿਆ, ਕਬੀਰ ਮੋਹੇ ਭਰਨੇ ਕਾ ਚਾਓ ਹੈ ਮਰੂ ਤੋ ਹਰ ਕੇ ਦੁਆਰ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਚੋ ਮਾਂਡਿਓ ਸੂਰਮਾ ਅਬ ਜੁਜਨ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸਤਸੰਗ ਜਿਹੜੀ ਗੱਲ ਗੁਰੂ ਨੇ ਆਖੀ ਸੀ ਕਿ ਪੁੱਤਰਾ ਮੈਂ ਦਾਨੇ ਜੰਗ ਵਿੱਚ ਜਿੰਨੇ ਵੀ ਵਾਰ ਹੋਣ ਛਾਤੀ ਤੇ ਹੋਣ ਛਾਤੀ ਤੇ, ਅੱਜ ਵਿਦਵਾਨਾਂ ਨੇ 500 ਕਾਨੀ ਲਿਖੀ ਹੈ ਸਾਰੇ ਸਰੀਰ ਨੂੰ ਪ੍ਰੋ ਦਿੱਤਾ ਜਾਲਮਾਂ ਨੇ, ਪਰ ਸਤਸੰਗ ਜੀ ਸਾਹਿਬ ਅਜੀਤ ਸਿੰਘ ਦੀ ਛਾਤੀ ਵਿੱਚ 392 ਤੀਰ ਵੱਜੇ ਜੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੈਣੋ ਆਪਾਂ ਸਾਰੇ ਕਿਸਾਨੀ ਧੰਦੇ ਨਾਲ ਜੁੜੇ ਹਾਂ, ਜੇ ਕਿਤੇ ਸਾਡੇ ਬੱਚੇ ਨੂੰ ਪੱਠੇ ਵੱਢਦਾ ਦਾਤਰੀ ਵੱਜ ਜਾਏ ਜਾਂ ਕਿਸਾਨ ਦਾ ਪੁੱਤ ਮੂੰਹਾਂ ਬੰਨਣ ਗਿਆ ਪੈਰ ਤੇ ਕਈ ਵੱਜ ਜਾਏ, ਤੇ ਭੈਣਾਂ ਕਹਿੰਦੀਆਂ ਏ ਪੁੱਤ ਛੇਤੀ ਡਾਕਟਰ ਕੋਲ ਚਲੇ ਜਾ, ਲੋਹੇ ਦੀ ਵਿਸ ਬੜੀ ਭੇੜੀ ਹੁੰਦੀ, ਉਹ ਜਾ ਕੇ ਲਿਸ਼ਕ ਦਾ ਟੀਕਾ ਲਵਾ ਲਿਆ। ਤੇ ਭੈਣੋ ਉਹ ਵੀ ਉਸ ਮਹਾਨ ਮਾਤਾ ਦਾ ਪੁੱਤ ਸੀ ਨਾ ਜਿਹਦੇ 392 ਤੀਰ ਜ਼ਾਲਮਾਂ ਨੇ ਛਾਤੀ ਵਿੱਚ ਮਾਰੇ, ਉਹ ਪੁਰਜਾ ਪੁਰਜਾ ਹੋ ਗਿਆ, ਅਮਰ ਹੋ ਗਿਆ, ਜਿੰਨਾ ਚਿਰ ਚੰਦ ਸੂਰਜ ਤਾਰੇ ਧਰਤੀ ਰਹੇਗੀ ਸਾਹਿਬ ਅਜੀਤ ਸਿੰਘ ਦੇ ਡੁੱਲੇ ਹੋਏ ਖੂਨ ਵਿੱਚੋਂ ਆਵਾਜ਼ ਆਏਗੀ, ਜਬ ਸੇ ਪਤਾ ਚੱਲਾ ਕਿ ਜ਼ਿੰਦਗੀ ਮਰਨੇ ਪੇ ਹੈ, ਵੋ ਸਿਰ ਪਰ ਕਫਨ ਬਾਂਧ ਕਰ ਕਾਤਲ ਕੋ ਢੂੰਡਤੇ ਹੈ। ਆਓ ਆਖਰੀ ਕਵਿਤਾ ਕਹਿ ਕੇ ਮੈਂ ਸਮਾਪਤੀ ਕਰਾਂ। ਹੁਣ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪੁੱਤਰ ਸਾਹਿਬ ਜੁਝਾਰ ਸਿੰਘ ਸਾਹਮਣੇ ਆ ਗਿਆ, ਕਹਿੰਦਾ ਪਾਤਸ਼ਾਹ ਮੈਨੂੰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦੇ। ਕਈਆਂ ਇੱਥੇ ਲਿਖਿਆ ਮਹਾਰਾਜ ਕਹਿਣ ਲੱਗੇ ਪੁੱਤਰਾ ਤੂੰ ਛੋਟਾ ਹੈ, ਉਹ ਵੱਡੀ ਪੱਗ ਬੰਨ ਕੇ ਆ ਗਿਆ। ਕਈਆਂ ਇਹ ਵੀ ਲਿਖਿਆ ਕਿ ਸਾਹਿਬ ਅਜੀਤ ਸਿੰਘ ਸਾਹਿਬ ਜੁਝਾਰ ਸਿੰਘ ਲੜਦਾ ਲੜਦਾ ਜਦੋਂ ਵਾਪਸ ਆਇਆ ਤੇ ਕਹਿੰਦਾ ਪਿਤਾ ਜੀ ਮੈਂ ਪਾਣੀ ਪੀਣਾ, ਬਗਾਨੇ ਪੁੱਤਰ ਪਾਣੀ ਨਹੀਂ ਪੀਣ ਦਿੰਦੇ ਕਿਉਂਕਿ ਸਤਸੰਗ ਜੀ ਬਹਾਦਰ ਦੀ ਮੌਤ ਆਖਰੀ ਨਿਸ਼ਾਨੀ ਹੁੰਦੀ ਹੈ ਆਜ਼ਾਦੀ ਦਾ ਰਾਹ, ਆਜ਼ਾਦੀ ਦਾ ਰਾਹ ਲੱਭਦਾ ਡੁੱਲੇ ਹੋਏ ਖੂਨ ਵਿੱਚੋਂ ਕਿਉਂਕਿ ਯੁੱਧ ਦੀ ਮੌਤ ਨੂੰ ਸਭ ਤੋਂ ਵੱਡਾ ਮਹਾਨ ਮੰਨਿਆ ਗਿਆ ਹੈ। ਹੁਣ ਸਾਹਿਬ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਦਾ ਨਾ, ਧਿਆਨ ਨਾਲ ਸੁਣਿਓ ਕਾਲੇ ਨਾ ਪਾ ਇੱਕੋ ਕਵਿਤਾ ਕਹਿਣੀ ਹੈ, ਤੇ ਹਜ਼ੂਰ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਆਖਿਆ ਵਾਹ ਮਰਦਾ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਮੇਰੀ ਕੌਮ ਨੂੰ ਔਰ ਜਦੋਂ ਵੀ ਅਣਖ ਬਦਲੇ ਗੈਰਤ ਬਦਲੇ ਤੇਰੇ ਵਰਗੇ ਸੂਰਮੇ ਮੈਦਾਨੇ ਜੰਗ ਵਿੱਚ ਆਪ ਉੱਠਣਗੇ। ਹੁਣ ਸਤਸੰਗ ਜਦੋਂ ਲੋੜ ਪਈ ਸੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਉੱਠੇ ਸਨ, ਇਹ ਜੁਝਾਰ ਸਿੰਘ ਦੇ ਖੂਨ ਦੀ ਕਰਾਮਾਤ ਹੈ, ਔਰ ਉਹਨਾਂ ਨੇ ਮੱਸੇ ਦਾ ਸਿਰ ਵੱਢਿਆ, ਤੇ ਜੇ ਲੋੜ ਪਈ ਤੇ ਜਦੋਂ ਇੰਦਰਾ ਨੇ ਪਾਪ ਕੀਤਾ ਸਤਵੰਤ ਸਿੰਘ ਤੇ ਬੇਅੰਤ ਸਿੰਘ ਉੱਠੇ, ਇਹ ਚਿੱਠੀ ਪਾਈ ਸੀ ਕਿ ਉੱਥੇ ਆ ਹੋ ਰਿਹਾ, ਤੇ ਜਦੋਂ ਸਤਸੰਗ ਜਰਨਲ ਵੈਦਿਆ ਜਿਹੜਾ ਕਹਿੰਦਾ ਸੀ ਬੀਬੀ ਇੰਦਰਾ ਮੈਂ ਹਰਿਮੰਦਰ ਸਾਹਿਬ ਤੇ ਅਟੈਕ ਕਰਤਾ ਹੈ, ਮੈਨੂੰ ਇੰਨੇ ਡਾਲਾ ਦੇ ਦੇ ਮੈਂ ਹੁਣ ਸਿੰਘਾਂ ਨੂੰ ਲੱਭਣਾ ਨਹੀਂ, ਤੇ ਸਰਦਾਰ ਹਰਜਿੰਦਰ ਸਿੰਘ ਜੀ ਜਿੰਦਾ, ਸਰਦਾਰ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਮਹਾਨ ਮਰਦਾਂ ਨੇ ਗੁਰੂ ਰਾਮਦਾਸ ਦੇ ਮੁਬਾਰਕ ਚਰਨਾਂ ਵਿੱਚ ਅਰਦਾਸ ਕੀਤੀ ਸੀ, ਜਦੋਂ ਡੁੱਲਾ ਹੋਇਆ ਖੂਨ ਵੇਖਿਆ ਤੇ ਕਹਿਣ ਲੱਗੇ ਇਹ ਪਾਤਸ਼ਾਹ ਭਾਵੇਂ ਜਾਲਮ ਪਤਾਲ ਵਿੱਚ ਵੜ ਜੇ ਖਿੱਚ ਲਿਆਵਾਂਗੇ, ਭਾਵੇਂ ਆਕਾਸ਼ ਵਿੱਚ ਚੜ੍ਹ ਚੜ੍ਹ ਖਿੱਚ ਲਿਆਵਾਂਗੇ,
ਕਰਨਗੇ। ਆਪ ਪੂਨੇ ਜਾ ਕੇ ਕੀਰਤਨ ਸੋਹਲਾ ਪੜਦਾ ਸੀ। ਇਹ ਸਾਰੇ ਜੁਝਾਰ ਦੀ ਅਣਖੀ ਉਸ ਸਤਸੰਗ ਜੀ ਖੂਨ ਦਾ ਮਹਾਨ ਕੁਰਬਾਨੀ ਦਾ ਸਿੱਟਾ ਹੈ। ਤਾਂ ਇਹ ਸਤਸੰਗ ਜੀ ਜੁਝਾਰ ਦੀ ਕੁਰਬਾਨੀ ਸਦਾ ਮੇਰੀ ਕੌਮ ਭੁੱਲੇਗੀ ਨਹੀਂ। ਆਓ, ਇਹ ਐਡੀ ਕਵਿਤਾ ਪਿਆਰੀ ਹੈ ਸਤਸੰਗ ਜੀ, ਮੈਂ ਪੇਸ਼ ਕਰਨ ਲੱਗਾ ਹਾਂ। ਜਦੋਂ 2014 ਵਿੱਚ ਅਸੀਂ ਅਮਰੀਕਾ ਵਿਖੇ ਗਏ ਤੇ ਇਹੋ ਦਸੰਬਰ ਦੇ ਦਿਨ ਚੱਲ ਰਹੇ ਸਨ, ਤੇ ਜਦੋਂ ਰਿਚਮੰਡ ਹਿੱਲ ਗੁਰੂ ਘਰ ਜਿੱਥੇ ਦਮਦਮੀ ਟਕਸਾਲ ਦੇ ਚੜ੍ਹਦੀ ਕਲਾ ਵਾਲੇ ਵਿਦਿਆਰਥੀ ਤੇ ਕਈ ਕਥਾਵਾਚਕ ਕੌਮ ਦੇ ਸਾਨੂੰ ਮਿਲੇ, ਜਿਨ੍ਹਾਂ ਨੇ ਬੜਾ ਸਤਿਕਾਰ ਕੀਤਾ, ਜੋ ਬੂਟੇ ਸ੍ਰੀ ਮਾਨ ਸੰਤ ਬਾਬਾ ਠਾਕਰ ਸਿੰਘ ਹੋਣਾਂ ਨੇ ਲਾਏ ਸੀ, ਔਰ ਅੱਜ ਉਹਨਾਂ ਦੀ ਨਿੱਘੀ ਛਾਂ ਕੌਮ ਮਾਣ ਰਹੀ ਹੈ ਔਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ। ਸੱਚ ਜਾਣਿਓ, ਇਹ ਕਵਿਤਾ ਜਦੋਂ ਅਸੀਂ ਪੇਸ਼ ਕੀਤੀ ਨਾ ਤੇ ਸਤਸੰਗ ਜੀ, ਮੈਂ ਕਈਆਂ ਦੇ ਅੱਖਾਂ ਵਿੱਚ ਜਲ ਵੇਖਿਆ, ਜਿਨ੍ਹਾਂ ਦੇ ਅੱਖਾਂ ਵਿੱਚ ਵਿਰਾਗ ਹੈ, ਦਰਦ ਹੈ, ਜਿਹੜੇ ਹਿਰਦੇ ਤੋਂ ਮਹਿਸੂਸ ਕਰਦੇ ਆ। ਆਓ, ਅੱਜ ਇਹ ਕਵਿਤਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਅਸੀਂ ਪੇਸ਼ ਕਰ ਰਹੇ ਹਾਂ। ਧਿਆਨ ਦੇ ਨਾਲ ਸੁਣਿਓ, ਸਾਹਿਬ ਜੁਝਾਰ ਸਿੰਘ ਨੂੰ ਜਦੋਂ ਮੇਰੇ ਗੁਰਦੇਵ ਕਲਗੀ ਵਾਲੇ ਪਾਤਸ਼ਾਹ ਤੋਰਦੇ ਨੇ, ਕੀ ਕਹਿ ਰਹੇ ਨੇ। ਬੜੀ ਪਿਆਰੀ ਕਵਿਤਾ, ਦਿਲ ਦੇ ਹੱਥ ਰੱਖ ਕੇ ਸੁਣਿਓ। ਇਹ ਕਹਿ ਕੇ ਮੈਂ ਸਮਾਪਤੀ ਕਰਾਂਗਾ। ਭਗਵੰਤ ਭਗਵਾਨ ਸਿੰਘ ਸੂਰਮਿੰਡੀਆ, ਬਲਜੀਤ ਸਿੰਘ ਬਗੀਚਾ ਸੁਰ ਸਿੰਘੀਆ, ਗੁਰਜੇਤ ਸਿੰਘ ਦੁਬਲੀ ਹੈ। ਕੋਈ ਕਾਮੇ ਮਹਿਰਮ ਨੂੰ ਮੰਨਦੀ ਏ, ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ, ਦਿਨ ਪੋਲੇ ਸਾਨੂੰ ਹੀ ਭੁੱਲਦੇ ਨਾ, ਡਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ, ਜਾਗੇ ਅਣਖ ਚਮਕਾਉਣ ਮੇਰਿਆਂ ਹੀ ਗਿਆ ਜਿੱਥੇ ਅਜੀਤ ਜੁੜਾਰ ਇਕੱਠੇ ਹੋਏ ਸਭ ਦਿਲ ਖਲੋ ਜਾਂਦੇ, ਚਿਣਿਆਂ ਕੰਧਾਂ ਵਿੱਚ ਵੇਖ ਪਰਵਾਰ ਤੇਰਾ। ਜੀ ਵੀ ਗਿਆਨੀ ਗੁਰਜੀਤ ਸਿੰਘ, ਮੱਥਾ ਚੁੰਮ ਕੇ ਤੇ, ਮੱਥਾ ਚੁੰਮ ਕੇ ਤੇ ਲਾਡਲੇ ਜੁਝਾਰ ਦਾ, ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ, ਪੁੱਤਰ ਪਿਆਰੇ ਮੇਰੀ ਅੱਖੀਆਂ ਦੇ ਤਾਰੇ, ਤੇਰਾ ਵੀਰ ਹੈ ਅਜੀਤ ਵਾਜਾਂ ਮਾਰਦਾ, ਮੱਥਾ ਚੁੰਮ ਕੇ ਤੇ ਹਸਵਾਰੀਆਂ ਜਵਾਨੀਆਂ ਕੈਮ ਉਹਨਾਂ ਦੀਆਂ ਜਗ ਤੇ ਨਿਸ਼ਾਨੀਆਂ, ਜਿੰਨਾ ਹਸ ਹਸਵਾਰੀਆਂ ਜਵਾਨੀਆਂ ਕੈਮ ਜਗ ਤੇ ਨਿਸ਼ਾਨੀਆਂ, ਸ਼ਿਕਾਰ ਕੇ ਕਮਾਲ ਹੋਵੇ ਜਗ ਲਈ ਮਿਸਾਲ, ਅੱਜ ਵੇਖਾਇਆ ਤੇਰੀ ਤਲਵਾਰ ਦਾ, ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇਰਾ ਸਾਡਾ ਅੱਜ ਆਖਰ ਦਾ ਮੇਲ ਹੈ, ਇਹ ਤਾਂ ਪੁੱਤਰਾ ਮੁਕੱਦਰਾਂ ਦਾ ਖੇਲ ਹੈ, ਪਰਿਵਾਰ ਪਰਿਵਾਰ ਸਿਰੋਂ ਕਰਕੇ ਉਤਾਰ, ਫਿਰ ਕਰਾਂਗਾ ਸ਼ੁਕਰ ਕਰਤਾਰ ਦਾ, ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ ਜਿੱਦਾਂ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ, ਜਿੱਦਾਂ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ। ਹੱਸ ਹੱਸ ਕੇ ਪੁੱਤਾਂ ਨੂੰ ਚਿੰਨ ਤੋਰਿਆ, ਗਿਲ ਕੋਈ ਨਾ ਜਹਾਨ ਉੱਤੇ ਹੋ ਰਿਹਾ, ਹੱਸ ਹੱਸ ਕੇ ਪੁੱਤਾਂ ਚਿੰਨ ਤੋਰਿਆ, ਗਿਲ ਕੋਈ ਨਾ ਜਹਾਨ ਉੱਤੇ ਹੋ ਰਿਹਾ, ਅਵੀ ਚੇਤਨਾ ਡੁਲਾਇਆ ਹੰਝੂ ਇੱਕ ਨਾ ਵਹਾਇਆ, ਤਨ ਜਿਗਰਾ ਦਸਮ ਅਵਤਾਰ ਦਾ,
ਮੱਥਾ ਚੁੰਮ ਕੇ ਮੱਥਾ ਚੁੰਮ ਕੇ ਲਾਲੇ ਰਾਜਾ ਦਿੱਤਾ ਪੁੱਤ ਨੂੰ ਪਿਆ ਜਾਂਦੀਵਾ ਦਿੱਤਾ ਪੁੱਤ ਨੂੰ ਪਿਆ ਜਾਂਦੀਵਾ ਦਿੱਤਾ ਪੁੱਤ ਨੂੰ ਪਿਆ ਜਾਂਦੀਵਾ ਰਾਹੀ ਕੋਈ ਪਰੀ ਦੀਆਂ ਮੰਜ਼ਲਾਂ ਦਾ ਏਦਾਂ ਮੰਜ਼ਲ ਮਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਣ ਦਾ ਵੇਖਿਆ ਨਾ ਵੋਟਾਂ ਜਹੇ ਪਿਆਸਿਆਂ ਬੱਚਿਆਂ ਨੂੰ ਝੋਲੀ ਮੌਤ ਦੀ ਪਾਉਣ ਦਾ ਵੇਖਿਆ ਨਾ ਓਏ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਣ ਦਾ ਵੇਖਿਆ ਨਾ ਆਏ ਰਾਹਾਂ ਵਿੱਚ ਦੁੱਖ ਪਹਾੜ ਜਿੱਡੇ ਢਿੱਲੀ ਪਈ ਪਰ ਤੇਰੀ ਰਫਤਾਰ ਵੀ ਨਾ ਵਿਛੜ ਗਿਆ ਜਿਹੜਾ ਸਰਸਰਾ ਦੇ ਆਨ ਕੰਡੇ ਚੇਤੇ ਆਇਆ ਤੈਨੂੰ ਪਰਿਵਾਰ ਵੀ ਨਾ ਹੋਣੀ ਵਿੱਚ ਆਕਾਸ਼ ਤੇ ਰੋਣ ਲੱਗੀ ਮਿਲ ਸਕੇ ਅਜੀਤ ਜੁਝਾਰ ਵੀ ਨਾ ਹੌਲਾ ਪਾਰ ਸੰਸਾਰ ਦਾ ਕਰਨ ਵਾਲੇ ਹੱਥੀ ਪੁੱਤਾਂ ਦਾ ਕੀਤਾ ਸੰਸਕਾਰ ਵੀ ਕਈ ਦੁਨੀਆਂ ਦੇ ਲੋਕ ਸੌ ਸੌ ਸਾਲ ਉਮਰ ਭੋਗਦੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿੰਟ ਮਿੰਟ ਕੀਮਤੀ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਸਾ ਸੰਗਤ ਇਹਦੋਂ ਬਾਅਦ ਕੀ ਹੋਇਆ ਬੜਾ ਚੜ੍ਹਦੀ ਕਲਾ ਵਾਲਾ ਇਤਿਹਾਸ ਹੈ ਸਿੰਘ ਟੇਲਰ ਸਾਡੇ ਭਾਜੀ ਉਹਨਾਂ ਵੱਲੋਂ ਵੱਡਾ ਸਨਮਾਨ ਆਇਆ ਸਰਦਾਰ ਹਰਭਜਨ ਸਿੰਘ ਜੀ ਬੜਾ ਸਾਥ ਦਿੰਦੇ ਨੇ ਬੜਾ ਪਿਆਰ ਕਰਦੇ ਨੇ ਉਹਨਾਂ ਵੱਲੋਂ ਮਾਣ ਆਇਆ ਮਹਾਰਾਜ ਨਜ਼ਰੇ ਰਹਿਮਤ ਕਰਨ ਗਿਆਨੀ ਜੋਬਨ ਸਿੰਘ ਜੀ ਜਥੇਦਾਰ ਸਾਹਿਬ ਉਹਨਾਂ ਵੱਲੋਂ ਵੀ ਵੱਡਾ ਸਨਮਾਨ ਆਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਜ਼ਰੇ ਰਹਿਮਤ ਕਰਨ ਆਓ ਜਿੰਨੀਆਂ ਵੀ ਸੰਗਤਾਂ ਸਾਧ ਸੰਗਤ ਇੱਥੇ ਚੜ੍ਹਦੀ ਕਲਾ ਦੇ ਨਾਲ ਅਣਖ ਦੇ ਪ੍ਰਤੀਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਸਾਧਸੰਗ ਜੀ ਤੁਸੀਂ ਪਹੁੰਚੇ ਹੋ ਸਾਰਿਆਂ ਦੀ ਹਾਜ਼ਰੀ ਪਾਤਸ਼ਾਹ ਦੇ ਮੁਬਾਰਕ ਚਰਨਾਂ ਵਿੱਚ ਲੱਗ ਜਾਏ ਆਓ ਇੱਕ ਮੈਂ ਅਰਦਾਸ ਲੱਗਾ ਕਰਨ ਕਿਉਂਕਿ ਸਾਰੇ ਵਿਦਿਆਰਥੀ ਇੱਥੋਂ ਸਾਧਸੰਗ ਜੀ ਚੜ੍ਹਦੀ ਕਲਾ ਦੀ ਜੀਵਨ ਜਾਂਚ ਲੈ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਇਹ ਬੂਟੇ ਸਾਧਸੰਗ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਲਾ ਰਹੇ ਨੇ ਔਰ ਬਾਬਾ ਦੀਪ ਸਿੰਘ ਜੀ ਸਿਰ ਤੇ ਮਿਹਰ ਭਰੇ ਹੱਥ ਰੱਖਣ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਨ ਕੋਟ ਧੰਨਵਾਦ ਤੇ ਬਹੁਤ ਹੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੜਾ ਪਿਆਰ ਕਰਦੇ ਨੇ ਤੇ ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਔਰ ਇਸੇ ਤਰ੍ਹਾਂ ਸਾਨੂੰ ਇਹ ਰੱਬ ਰੂਪ ਸੰਗਤਾਂ ਦੇ ਦਰਸ਼ਨ ਜਥੇਦਾਰ ਸਾਹਿਬ ਸਿੰਘ ਜੀ ਚੜ੍ਹਦੀ ਕਲਾ ਵਾਲੇ ਪੰਥ ਦੇ ਬੁਲਾਰੇ ਵੇਖੋ ਅਸੀਂ ਕਿਹੜੀ ਬਗਾਨਾ ਪਿੰਡ ਹੈ ਉਹ ਹਰਚੋਵਾਲ ਦੇ ਲਾਗੇ ਉੱਥੇ ਅਸੀਂ ਇਕੱਠੇ ਹੋਏ ਸਾਂ ਐਸਾ ਗਿਆਨੀ ਜੀ ਉਹਨਾਂ ਨਾਲ ਪਿਆਰ ਪਿਆ ਦੂਜੀ ਵਾਰ ਉਹਨਾਂ ਨੇ ਇੱਥੇ ਆਵਾਜ਼ ਮਾਰੀ ਹੈ ਤੇ ਬੜਾ ਤੁਸੀਂ ਪਿਆਰ ਕੀਤਾ ਸੰਗਤ ਭਾਵੇਂ ਥੋੜ੍ਹੀ ਹੈ ਪਰ ਸਾਰੀ ਸਾਧ ਸੰਗਤ ਜੁੜੀ ਹੋਈ ਹੈ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਫਤਿਹ ਬੁਲਾਓ ਇਤਿਹਾਸ ਕਹਿੰਦਾ ਜੇ ਕੋਈ ਗਲਤੀ ਹੋ ਗਈ ਹੋਵੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਆਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ।